ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਆ ਸਪੈਸ਼ਲੀ ਤੌਰ 'ਤੇ ਪਿੰਡ ਧਰਦਿਓ ਦੇ ਲੋਕਾਂ ਦੀ ਆ ਅਤੇ ਉਸ ਸਵਾਲ ਦੇ ਜਵਾਬ ਦੇ ਵਜੋਂ ਆ ਜਿਸ ਸਵਾਲ ਨੂੰ ਪਿੰਡ ਦੇ ਕੁਝ ਕੁ ਲੋਕ ਜਿਹੜੇ ਆ ਉਹ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਕਿ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰੱਸਟ ਦੀ ਟੀਮ ਦੇ ਵੱਲੋਂ ਜਿਹੜਾ ਉਹ ਪਿੰਡ ਦੇ ਵਿੱਚ ਬਿਜਲੀ ਘਰ ਜਿਹੜਾ ਉਹ ਨਹੀਂ ਲੱਗਣ ਦਿੱਤਾ ਜਾ ਰਿਹਾ ਜਾਂ ਅੱਜ ਕੱਲ੍ਹ ਇਹ ਚੱਲ ਰਿਹਾ ਕਿ ਪੰਚਾਇਤ ਦੇ ਵੱਲੋਂ ਆਪਣੀ ਬਣਦੀ ਭੂਮਿਕਾ ਜਿਹੜੀ ਉਹ ਨਿਭਾਈ ਜਾ ਰਹੀ ਕਿਸੇ ਕਿਸਮ ਦੇ ਜਿਹੜੇ ਉਹ ਮਤੇ ਪਾਏ ਨਹੀਂ ਪਾਏ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਪਿੰਡ ਦੇ ਇੱਕਾ ਦੁੱਕਾ ਜਿਹੜੇ ਲੋਕ ਨੇ ਉਹ ਇਹ ਗੱਲਾਂ ਆਮ ਖੁੰਡ ਚਰਚਾ ਦੇ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਜਿਹੜੀ ਆ ਉਹ ਕਰ ਰਿਹਾ ਇਹਦੇ ਕੱਲ੍ਹ ਮੈਂ ਸ਼ਾਮੀ ਇਹ ਦੱਸਿਆ ਸੀ ਕਿ ਮੈਂ ਕੱਲ੍ਹ ਨੂੰ ਇਹਦੇ ਸੰਬੰਧੀ ਜਿਹੜੀ ਇੱਕ ਵੀਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਰਿਆਂ ਨਾਲ ਆਪਣਾ ਪੱਖ ਰੱਖਾਂਗਾ ਕਿ ਸਾਡਾ ਰੋਕਣ ਦਾ ਉਦੋਂ ਕੀ ਕਾਰਨ ਸੀ ਕਿਉਂ ਰੋਕਿਆ ਸੀ ਅਤੇ ਉਹਦੇ ਬਾਅਦ ਕਦੋਂ ਅਸੀਂ ਬਾਅਦ 'ਚ ਉਹ ਗ੍ਰੀਨ ਸਿਗਨਲ ਦੇ ਦਿੱਤਾ ਸੀ ਉਹ ਤੋਂ ਬਾਅਦ ਕਦੋਂ ਕਦੋਂ ਅਸੀਂ ਮਤੇ ਪਾਏ ਉਹ ਮੈਂ ਸਾਰਾ ਤੁਹਾਡੇ ਨਾਲ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਅੱਜ ਥੋੜ੍ਹਾ ਲੈ ਕੇ ਆਇਆ ਅੰਕੜੇ ਇਹਦੇ ਵਿੱਚ ਇਹ ਹੈ ਕਿ ਅੱਜ ਤੋਂ ਠੀਕ 8 ਸਾਲ ਪਹਿਲਾਂ ਸਾਡੇ ਪਿੰਡ ਦੇ ਵਿੱਚ ਉਸ ਵੇਲੇ ਦੇ ਸਤਿਕਾਰਯੋਗ ਸਰਪੰਚ ਸਾਹਿਬ ਦੇ ਵੱਲੋਂ ਜਿਹੜਾ ਇੱਕ ਰੈਜੂਲੇਸ਼ਨ ਪਾਇਆ ਗਿਆ ਸੀ ਕਿ ਪਿੰਡ ਦੇ ਵਿੱਚ ਜਿਹੜਾ ਬਿਜਲੀ ਘਰ ਦੀ ਜ਼ਰੂਰਤ ਹੈ ਇਹਦੀ ਇਵਜ਼ ਦੇ ਵਜੋਂ ਜਿਹੜਾ ਪਿੰਡ ਦੀ ਪੰਚਾਇਤ ਜਿਹੜੀ ਆ ਆਪਣੇ ਪੰਚਾਇਤੀ ਰਕਬੇ ਦੇ ਵਿੱਚੋਂ 2.5 ਏਕੜ ਦੇ ਕਰੀਬ ਜਿਹੜੀ ਆ ਉਹ ਜ਼ਮੀਨ ਦੇਣ ਨੂੰ ਰਾਜ਼ੀ ਆ ਜਿਹਦੇ ਇਵਜ਼ ਦੇ ਵਜੋਂ ਬਿਜਲੀ ਬੋਰਡ ਜਿਹੜਾ ਵਾ ਪਿੰਡ ਨੂੰ 24 ਘੰਟੇ ਸਪਲਾਈ ਦੇਗਾ ਇਹ ਰੈਜੂਲੇਸ਼ਨ ਜਦੋਂ ਮੈਨੂੰ ਅਚਨਚੇਤ ਮੈਂ ਕਿਸੇ ਨਿੱਜੀ ਕੰਮ ਦੇ ਲਈ ਜਦੋਂ ਉੱਥੇ SDO ਮਹਿਤਾ ਚੌਂਕ ਦੇ ਕੋਲ ਜਾਂਦਾ ਵਾਂ ਅਤੇ ਉਹ ਉਸ ਵੇਲੇ ਮੈਂ ਐਜ਼ ਏ ਜਰਨਲਿਸਟ ਇੱਕ ਪੰਜਾਬ ਦੇ ਨਾਮਵਰ ਅਖਬਾਰ ਜਗਬਾਣੀ ਦੇ ਵਿੱਚ ਜਿਹੜਾ ਵਾ ਉਸ ਵੇਲੇ ਮੈਂ ਕੰਮ ਕਰਦਾ ਸੀ ਅਤੇ ਇੱਕ ਚੰਗੇ ਸੰਬੰਧ ਹੋਣ ਦਾ ਕਰਕੇ ਜਿਹੜਾ ਇੱਕ ਜਿਹੜਾ ਇੱਕ ਜਰਨਲਿਸਟ ਹੋਣ ਦੇ ਨਾਤੇ ਜਿਹੜੇ ਉਸ ਵੇਲੇ SDO ਦੇ ਵੱਲੋਂ ਇਹ ਮੇਰੇ ਨਾਲ ਗੱਲ ਸਾਂਝੀ ਕੀਤੀ ਜਾਂਦੀ ਹੈ ਕਿ ਤੁਹਾਡੇ ਵੱਲ ਮਨਦੀਪ ਜੀ ਵਧਾਈ ਬਣਦੀ ਆ ਕਿ ਤੁਹਾਡੇ ਪਿੰਡ ਦੇ ਵਿੱਚ ਇੱਕ ਬਿਜਲੀ ਘਰ ਜਿਹੜਾ ਉਹ ਲੱਗਣ ਜਾ ਰਿਹਾ ਖੈਰ ਉਸ ਵੇਲੇ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਕਿ ਬਹੁਤ ਵਧੀਆ ਕਾਰਜ ਜਿਹੜਾ ਉਹ ਸਾਡੇ ਪਿੰਡ ਦੀ ਪੰਚਾਇਤ ਜਿਹੜੀ ਉਹ ਕਰਨ ਜਾ ਰਹੀ ਹੈ ਖੈਰ ਉਸ ਵਕਤ ਜਦੋਂ ਮੈਂ ਉਸ ਵੇਲੇ ਰੈਜੂਲੇਸ਼ਨ ਦੀ ਡਿਮਾਂਡ ਕੀਤੀ ਅਤੇ ਉਹ ਫਾਈਲ ਜਦੋਂ ਮੇਰੇ ਅੱਗੇ ਰੱਖੀ ਉਸ ਵੇਲੇ ਦੇ SDO ਸਾਹਿਬ ਨੇ ਅਤੇ ਉਹਦੇ ਵਿੱਚ ਕਾਫੀ ਤਰੁੱਟੀਆਂ ਸਨ ਉਹਦੇ ਵਿੱਚ ਇਹ ਲਿਖਿਆ ਸੀ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾਂ ਕਿ 2.5 ਏਕੜ ਜ਼ਮੀਨ ਜਿਹੜੀ ਆ ਉਹ ਪੰਚਾਇਤ ਜਿਹੜੀ ਆ ਉਹ ਪੈਲਸ ਦੇ ਸਾਹਮਣੇ ਢਿੱਲੋਂ ਫਾਰਮ ਦੇ ਸਾਹਮਣੇ ਜਿਹੜੀ ਉਹ ਦੇਣ ਨੂੰ ਰਾਜ਼ੀ ਆ ਅਤੇ ਇਹਦੀ ਇਵਜ਼ ਦੇ ਵਜੋਂ ਸਾਡੇ ਪਿੰਡ ਨੂੰ 24 ਘੰਟੇ ਸਪਲਾਈ ਦਿੱਤੀ ਜਾਵੇ ਖੈਰ ਉਹ ਮੈਨੂੰ ਠੀਕ ਨਹੀਂ ਲੱਗਾ ਇਹਦੇ ਲਈ ਮੈਂ SDO ਸਾਹਿਬ ਨੂੰ ਕਿਹਾ ਕਿ SDO ਸਾਹਿਬ ਤੁਸੀਂ ਮੈਨੂੰ ਫਾਈਲ ਦੇ ਦਿਓ ਮੈਂ ਸਰਪੰਚ ਸਾਹਿਬ ਨਾਲ ਜਾ ਕੇ ਥੋੜ੍ਹਾ ਜਿਹਾ ਡਿਸਕਸ਼ਨ ਕਰਕੇ ਅਤੇ ਅਸੀਂ ਇਹਦੇ ਵਿੱਚ ਕੁਛ ਆਪਣੇ ਜਿਹੜੇ ਆ ਉਹ ਅਮੈਂਡਮੈਂਟ ਕਰਵਾਉਣਾ ਚਾਹੁੰਦੇ ਹਾਂ ਕੁਛ ਪੁਆਇੰਟ ਜਿਹੜੇ ਆ ਉਹ ਜ਼ਰੂਰੀ ਜਿਹੜੇ ਤਾਂ ਜੋ ਭਵਿੱਖ ਦੇ ਵਿੱਚ ਜਿਹੜਾ ਵਾ ਉਹ ਇੱਕ ਲਿਖਤ ਦੇ ਤੌਰ 'ਤੇ ਜਿਹੜੀ ਆ ਉਹ ਸਾਡੇ ਕੋਲ ਹੋਵੇ ਇਹਦੇ ਲਈ ਕੁਛ ਪੁਆਇੰਟ ਜਿਹੜੇ ਉਹ ਐਡ ਔਨ ਕਰਨਾ ਚਾਹੁੰਦੇ ਹਾਂ ਪੁਆਇੰਟ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੇ ਕਰਾਂਗਾ ਜਿਹੜੇ ਕਿਉਂਕਿ ਵੈਸੇ ਵੀਡੀਓ ਕਾਫੀ ਇਹ ਜਿਹੜੀ ਆ ਉਹ ਲੈਂਥੀ ਹੋ ਜਾਣੀ ਆ ਖੈਰ ਉਸ ਵੇਲੇ ਦਾ ਇੱਕ ਜਿਹੜੇ ਉਸ ਸਰਪੰਚ ਸਾਹਿਬ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਸਰਪੰਚ ਸਾਹਿਬ ਨੇ ਕਿਹਾ ਕਿ ਮੇਰੇ ਨੋਟਿਸ ਦੇ ਵਿੱਚ ਹੈ ਨਹੀਂ ਵੀ ਮੈਂ ਕੋਈ ਇੱਦਾਂ ਦਾ ਰੈਗੂਲੇਸ਼ਨ ਜਿਹੜਾ ਉਹ ਪਾਇਆ ਹੋਵੇ ਐਸੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਉਸ ਵੇਲੇ ਦੇ ਸਰਪੰਚ ਸਾਹਿਬ ਅਤੇ ਜਦੋਂ ਇੱਕ ਜਨਰਲ ਕੈਟਾਗਰੀ ਦਾ ਪਿੰਡ ਦਾ ਇੱਕ ਮੁਤਬਰ ਵਿਅਕਤੀ ਦਾ ਉਹਨਾਂ ਨੇ ਨਾਂ ਲਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਉਹ ਮਥਾ ਪਾਇਆ ਗਿਆ ਖੈਰ ਥੋੜ੍ਹਾ ਜਿਹਾ ਇਸ ਚੀਜ਼ ਨੂੰ ਲੈ ਕੇ ਹੋਇਆ ਕਿ ਜਦੋਂ ਅਸੀਂ ਆਪਣੀ ਸੁਜੈਸ਼ਨ ਦਿੱਤੀ ਤਾਂ ਉਸ ਵੇਲੇ ਦੇ ਉਹ ਜਿਹੜੇ ਪਿੰਡ ਦੀ ਮੋਹਤਬਰ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਇੱਦਾਂ ਦੀਆਂ ਕੁਛ ਗੱਲਾਂ ਜਿਹੜੀਆਂ ਵਾ ਉਹ ਹੋਈਆਂ ਉਹ ਤੋਂ ਪਰ ਉਸ ਵੇਲੇ ਅਸੀਂ ਇਹ ਕਹਿਤਾ ਵੀ ਜਿੰਨਾ ਚਿਰ ਇਹ ਤੁਸੀਂ ਡਿਮਾਂਡ ਸਾਰੀਆਂ ਜਿਹੜੀਆਂ ਅਸੀਂ ਤੁਹਾਨੂੰ ਨੌਜਵਾਨ ਆਉਂਦੇ ਹਾਂ ਜੋ ਅਸੀਂ ਪੇਪਰ 'ਤੇ ਲਿਖ ਕੇ ਲੈ ਕੇ ਆਏ ਹਾਂ ਜਿੰਨਾ ਚਿਰ ਤੁਸੀਂ ਇਹ ਪਾਉਂਦੇ ਨਹੀਂ ਉਨਾ ਚਿਰ ਅਸੀਂ ਆਪਣੇ ਪਿੰਡ ਦੇ ਵਿੱਚ ਬਿਜਲੀ ਘਰ ਲੱਗਣ ਨਹੀਂ ਦੇਣਾ ਖੈਰ ਇਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਬਿਜਲੀ ਘਰ ਹੁਣ ਪਿੰਡ ਦੇ ਵਿੱਚ ਲਗਾਉਣਾ ਹੀ ਨਹੀਂ ਅਤੇ ਚਲੋ ਸਾਡੇ 'ਤੇ ਦੋਸ਼ ਲੱਗ ਗਿਆ ਵੀ ਇਹ ਆਹ ਗੱਲ ਕਰ ਰਹੇ ਆ ਅੱਗੇ ਜਾ ਕੇ ਜਦੋਂ ਪੁਆਇੰਟ ਤੁਹਾਡੇ ਨਾਲ ਕੁਛ ਡਿਸਕਸ਼ਨ ਕਰਾਂਗਾ ਤਾਂ ਤੁਹਾਨੂੰ ਕਲੀਅਰ ਹੋਏਗਾ ਸਾਡਾ ਮੋਟਿਵ ਉਸ ਵੇਲੇ ਕੀ ਸੀ ਖੈਰ
ਉਸ ਵੇਲੇ ਦੇ ਵਿਧਾਇਕ ਸਰਦਾਰ ਬਲਜੀਤ ਸਿੰਘ ਜਲਾਲ ਉਸ਼ਮਾ ਗੱਲ ਦੇ ਵਿੱਚ ਆਉਂਦੇ ਆ ਅਤੇ ਸਾਨੂੰ ਵੀ ਸਮਝਾਉਂਦੇ ਆ, ਸਾਡੇ ਨਾਲ ਗੱਲ ਕਰਦੇ ਆ, ਸਾਨੂੰ ਅਸੀਂ ਉਹਨਾਂ ਨਾਲ ਜਦੋਂ ਆਪਣਾ ਪੱਖ ਰੱਖਦੇ ਹਾਂ ਤਾਂ ਉਹਨਾਂ ਦੇ ਵੱਲੋਂ ਫਿਰ ਉਸ ਵਿਅਕਤੀ ਵਿਸ਼ੇਸ਼ ਨੂੰ ਇਹ ਕਿਹਾ ਜਾਂਦਾ ਵੀ ਮੁੰਡਿਆਂ ਦੀ ਗੱਲ ਬਿਲਕੁਲ ਸਹੀ ਆ, ਇਹ ਆਪਣਾ ਪੱਖ ਜਿਹੜਾ ਵਾ ਇਹ ਰੈਜੂਲੇਸ਼ਨ ਦੇ ਵਿੱਚ ਤੁਸੀਂ ਪਾ ਦਿਓ ਅਤੇ ਪਾ ਕੇ ਤੁਸੀਂ ਰੈਜੂਲੇਸ਼ਨ ਜਿਹੜਾ ਵਾ ਉਹ ਭੇਜੋ। ਕਿਉਂਕਿ ਉਸ ਵੇਲੇ ਦੇ CM ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ, ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਉਹ ਬਿਜਲੀ ਘਰ ਲਾ ਕੇ ਦਿੱਤਾ ਜਾਏਗਾ ਉਸ ਵੇਲੇ ਦੀ ਸਰਕਾਰ ਦੇ ਵੱਲੋਂ। ਖੈਰ ਉਹ ਤੋਂ ਬਾਅਦ ਛੇਤੀ ਸਾਰੀ ਟੀਮ ਜਿਹੜੀ ਆ ਉਹ ਅਸੀਂ ਇਕੱਠੇ ਹੋਏ ਹਾਂ, ਸਾਡੇ ਪਿੰਡ ਦੀਆਂ ਤਿੰਨੋਂ ਪੰਚਾਇਤਾਂ ਇਕੱਠੀਆਂ ਹੋਈਆਂ, ਸਾਡਾ ਉਸ ਵੇਲੇ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰੱਸਟ ਦੀ ਟੀਮ ਵੀ ਜਿਹੜੀ ਆ ਉਹ ਗੁਰਦੁਆਰਾ ਗੁੰਮਟ ਸਾਹਿਬ ਜਿਹੜਾ ਗੁੰਮਟ ਵਾਲਾ ਗੁਰਦੁਆਰਾ ਜਿਹਨੂੰ ਆਪਾਂ ਕਹਿੰਦੇ ਹਾਂ ਬਾਬਾ ਪ੍ਰਕਾਸ਼ ਦਾ ਗੁਰਦੁਆਰਾ, ਉੱਥੇ ਸਾਰੇ ਜਣੇ ਅਸੀਂ ਇਕੱਠੇ ਹੋਏ ਹਾਂ। ਉਹ ਤੋਂ ਬਾਅਦ ਸਾਡੀ ਸਹਿਮਤੀ ਬਣੀ ਆ, ਜੋ ਅਸੀਂ ਡਿਮਾਂਡਸ ਕਹੀਆਂ ਸੀ ਸਾਰੀਆਂ ਉਹ ਪੰਚਾਇਤ ਨੇ ਜਿਹੜੀਆਂ ਇੰਨ ਬਿੰਨ ਉਹਦੇ ਵਿੱਚ ਰੈਜੂਲੇਸ਼ਨ 'ਚ ਪਾ ਕੇ ਰੈਜੂਲੇਸ਼ਨ ਭੇਜ ਦਿੱਤਾ। ਉਸ ਤੋਂ ਬਾਅਦ ਕੁਝ ਵੀ ਕਾਰਨ ਹੋ ਸਕਦਾ ਵੀ ਉਹ ਬਿਜਲੀ ਘਰ ਨਹੀਂ ਲੱਗਾ ਅਤੇ ਅਸੀਂ ਉਸ ਵੇਲੇ ਇਹ ਵੀ ਕਿਹਾ ਸੀ ਵੀ ਵਧਾਈ ਹੋਵੇ ਜੀ ਤੁਹਾਨੂੰ ਸਾਰੀ ਪੰਚਾਇਤ ਨੂੰ, ਤਿੰਨਾਂ ਪੰਚਾਇਤਾਂ ਨੂੰ ਕਿ ਆਪਾਂ ਸਾਰਿਆਂ ਨੇ ਰੈਜੂਲੇਸ਼ਨ ਵਧੀਆ ਤਰੀਕੇ ਨਾਲ ਪਾ ਲਿਆ ਵਾ ਅਤੇ ਇਸ ਰੈਜੂਲੇਸ਼ਨ ਤੋਂ ਬਾਅਦਾਂ ਵੀ ਅਸੀਂ ਜਿੱਥੇ ਵੀ ਤੁਹਾਨੂੰ ਸਾਡੀ ਨੌਜਵਾਨਾਂ ਦੀ ਸਪੋਰਟ ਜਾਂ ਸਾਡੇ ਟਰੱਸਟ ਦੀ ਸਪੋਰਟ ਦੀ ਜ਼ਰੂਰਤ ਆ, ਅਸੀਂ ਤੁਹਾਡੇ ਨਾਲ ਹਾਂ। ਖੈਰ ਉਹ ਤੋਂ ਬਾਅਦ ਇੱਕ ਹੋਰ ਇਸ਼ੂ ਉੱਠਿਆ, ਉਹ ਗੱਗੜਪਾਣੀ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ, ਉੱਥੋਂ ਕੋਈ ਇਸ਼ੂ ਉੱਠਿਆ ਬਿਜਲੀ ਘਰ, ਉਹਦਾ ਕਰਕੇ ਸਾਡੇ ਏਰੀਏ 'ਚ ਨਹੀਂ ਲੱਗਾ। ਮੈਂ ਜ਼ਮੀਨ ਦਾ ਦੱਸ ਰਿਹਾ, ਜ਼ਮੀਨ ਉਸ ਵੇਲੇ ਦੀ ਪੰਚਾਇਤ ਦੇ ਵੱਲੋਂ ਪੈਲਸ ਦੇ ਬਿਲਕੁਲ ਸਾਹਮਣੇ ਵਾਲੀ ਜਿਹੜੀ 10.5 ਕਿੱਲੇ ਜ਼ਮੀਨ ਆ ਉੱਥੋਂ ਜ਼ਮੀਨ ਦਿੱਤੀ ਜਾ ਜਿਹੜੀ ਆ ਉਹ ਜਾਣੀ ਸੀ, ਉੱਥੋਂ ਦੇ ਨੰਬਰ ਜਿਹੜੇ ਉਹ ਪਾਏ ਗਏ ਸੀ। ਖੈਰ ਬਾਅਦ ਦੇ ਵਿੱਚ ਪੰਚਾਇਤ ਸਾਡੀ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਂਦੇ ਹਾਂ ਤਾਂ ਅਸੀਂ 52 ਕਮਿਟਮੈਂਟਸ ਜਿਹੜੀਆਂ ਆਪਣੇ ਪਿੰਡ ਦੇ ਲੋਕਾਂ ਨਾਲ ਕਰਦੇ ਹਾਂ। ਇੱਕ ਚੋਣ ਮੈਨੀਫੈਸਟੋ ਦੇ ਵਿੱਚ, ਚੋਣ ਮੈਨੀਫੈਸਟੋ ਦੇ ਰੂਪ ਦੇ ਵਿੱਚ ਉਹਦੇ ਵਿੱਚ ਅਸੀਂ ਬਕਾਇਦਾ ਮੈਨਸ਼ਨ ਕਰਦੇ ਹਾਂ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਉਹ ਬਿਜਲੀ ਘਰ ਜਿਹੜਾ ਉਹ ਬਣਵਾਵਾਂਗੇ ਅਤੇ ਉਹਦੇ ਲਈ ਅਸੀਂ ਆਪਣੇ ਜੋ ਇੱਕ ਡਿਮਾਂਡ ਭੇਜੀ ਵੀ ਅਸੀਂ ਆਪਣੇ ਜਿਹੜੇ ਸਤਿਕਾਰਯੋਗ ਉਸ ਵੇਲੇ ਦੇ ਐਕਸੀਅਨ ਸੀ ਸ਼੍ਰੀ SP ਸੁਰਿੰਦਰਪਾਲ ਸਿੰਘ ਸੋਂਧੀ ਇੱਥੇ ਬਿਆਸ ਤੋਂ, ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਜ਼ਮੀਨ ਦੇਣ ਲਈ ਰੈਡੀ ਹਾਂ ਪਰ ਕੁਛ ਸ਼ਰਤਾਂ ਨੇ, ਸ਼ਰਤਾਂ ਦੇ ਆਧਾਰ ਦੇ ਉੱਤੇ ਅਸੀਂ ਆਪਣੇ ਬਿਜਲੀ ਘਰ ਜਿਹੜਾ ਉਹ ਲਗਾਉਣਾ ਚਾਹੁੰਦੇ ਹਾਂ। ਪੰਚਾਇਤ ਸਹਿਮਤ ਆ ਪਰ ਸ਼ਰਤਾਂ ਨੇ ਕੁਝ, ਕਿਉਂਕਿ ਸ਼ਰਤਾਂ ਤਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਸਾਨੂੰ ਜਿਹੜਾ ਕਿਸੇ ਵੀ ਕਿਸਮ ਦੀ ਸਿਰਦਰਦੀ ਜਿਹੜੀ ਉਹ ਨਾ ਹੋਵੇ। ਖੈਰ ਉਹਨਾਂ ਦੇ ਵੱਲੋਂ ਫਿਰ ਸਾਡੀ ਐਪਲੀਕੇਸ਼ਨ ਅੱਗੇ ਜਿਹੜੀ ਆ ਮੂਵ ਕੀਤੀ ਜਾਂਦੀ ਆ ਸੀਨੀਅਰ ਅਥਾਰਟੀ ਨੂੰ ਅਤੇ ਸਾਨੂੰ ਇੱਕ ਜਿਹੜੀ ਉਸ ਵੇਲੇ RDSS ਕੈਟਾਗਰੀ ਦੇ ਵਿੱਚ ਸਕੀਮ ਦੇ ਵਿੱਚ ਜਿਹੜਾ ਵਾ ਸਾਡੇ ਪਿੰਡ ਨੂੰ ਜਿਹੜਾ ਵਾ ਉਹ ਬਿਜਲੀ ਘਰ ਜਿਹੜਾ ਉਸ ਵੇਲੇ ਮੈਂ ਉਦੋਂ ਜੇਲ੍ਹ ਦੇ ਵਿੱਚ ਸੀ, ਆਪਣੇ ਇਨਵਾਇਰਮੈਂਟ ਨੂੰ ਲੈ ਕੇ ਆਪਣੇ ਹਵਾ ਅਤੇ ਪਾਣੀ ਦੀ ਲੜਾਈ ਲੜਦਿਆਂ ਹੋਇਆਂ ਮੈਂ ਅਤੇ ਮੇਰੀ ਟੀਮ ਦੇ ਕੁਛ ਮੈਂਬਰ ਜਿਹੜੇ ਆ ਉਸ ਵੇਲੇ ਜੇਲ੍ਹ ਦੇ ਵਿੱਚ ਸੀ। ਜਦੋਂ ਵਾਪਸੀ ਜਿਹੜਾ ਵਾ ਉਹ ਸਰਕਾਰ ਦੇ ਵੱਲੋਂ, ਜਦੋਂ ਸੈਂਟਰ ਗੌਰਮੈਂਟ ਦੇ ਵੱਲੋਂ ਵਾਪਸੀ ਜਦੋਂ ਇਹਨਾਂ ਨੂੰ ਇੰਟੀਮੇਸ਼ਨ ਦਿੱਤੀ ਜਾਂਦੀ ਹੈ ਐਕਸੀਅਨ ਨੂੰ, ਅਤੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਐਕਸੀਅਨ ਸਾਹਿਬ ਦੇ ਵੱਲੋਂ ਜਿਹੜਾ ਵਾ ਉਹ ਮੈਨੂੰ ਦੱਸਿਆ ਜਾਂਦਾ ਵਾ ਕਿ ਮਨਦੀਪ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਕਿਹਾ ਵਾ ਵੀ ਜਿਹੜੀ ਇਸ ਸਕੀਮ ਦੇ ਵਿੱਚ ਜਿਹੜਾ ਵਾ ਉਹ ਤੁਹਾਡਾ ਬਿਜਲੀ ਘਰ ਜਿਹੜਾ ਵਾ ਉਹਨਾਂ ਨੇ ਅਪਰੂਵ ਕਰ ਲਿਆ। ਇਹ ਤੋਂ ਬਾਅਦ ਹਾਂ ਇਲੈਕਸ਼ਨ ਕੰਪੇਨਿੰਗ ਚੱਲਦੀ ਹੁੰਦੀ ਆ ਜਦੋਂ ਮੈਂ ਆਉਂਦਾ ਵਾਂ ਬਾਹਰ ਜੇਲ੍ਹ ਤੋਂ, ਇਲੈਕਸ਼ਨ ਕੰਪੇਨਿੰਗ ਉਦੋਂ ਚੱਲ ਰਹੀ ਆ। ਚਲੋ ਰਿਲੇਸ਼ਨ ਸਾਰਿਆਂ ਨੂੰ ਪਤਾ ਕਿ ਮੇਰੇ ਬਹੁਤ ਵਧੀਆ ਰਹੇ ਆ ਸਰਦਾਰ ਹਰਭਜਨ ਸਿੰਘ ETO ਦੇ ਨਾਲ, ਸਾਡੇ ਬਹੁਤ ਸੁਖਾਵੇਂ ਸੰਬੰਧ ਕਿਸੇ ਵਕਤ ਜਿਹੜੇ ਆ ਉਹ ਮੇਰੇ ਰਹੇ ਆ। ਅੱਜ ਖੈਰ ਥੋੜ੍ਹਾ ਜਿਹਾ ਮਨ ਮਿਟਾਓ ਆ ਸਾਡੇ ਕਿਸੇ ਇਨਵਾਇਰਮੈਂਟ ਦੇ ਮੁੱਦੇ ਨੂੰ ਲੈ ਕੇ ਜਾਂ ਬੁੱਟਰ ਪਿੰਡ ਦੇ ਰਸੇ ਨੂੰ ਲੈ ਕੇ। ਇਹਦੇ ਤੋਂ ਇਲਾਵਾ ਸਾਰਿਆਂ ਨੂੰ ਪਤਾ ਕਿ ਮੇਰਾ ਕੋਈ ਉਹਨਾਂ ਨਾਲ ਮਤਭੇਦ ਨਹੀਂ ਆ, ਇਸ ਕਰਕੇ ਥੋੜ੍ਹਾ ਜਿਹਾ ਸਾਡਾ ਆਪਸੀ ਇਸ ਵੇਲੇ ਰਾਬਤਾ ਨਹੀਂ ਆ। ਪਰ ਇਲੈਕਸ਼ਨ ਰਿਜ਼ਲਟ ਆਉਣ ਤੋਂ, ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ 2 ਦਿਨ ਪਹਿਲਾਂ, 1 ਦਿਨ ਪਹਿਲਾਂ ਅਸੀਂ ETO ਸਾਹਿਬ ਦੇ ਘਰ ਬੈਠੇ ਹੁੰਦੇ ਹਾਂ ਭਾਜੀ ਹੁਣਾਂ ਦੇ, ਅਤੇ
ਉੱਥੇ ਬੈਠਿਆ ਬੈਠਿਆ ਗੱਲ ਹੁੰਦੀ ਆ ਵੀ ਮੈਂ ਗੱਲ ਕਰਦਾ ਵਾਂ ਈ ਡੀ ਓ ਸਾਹਿਬ ਦੇ ਨਾਲ ਕਿ ਭਾਅ ਜੀ ਸਾਡੇ ਮਤਲਬ ਜਿਹੜਾ ਵਾ ਉਹ ਆਰ ਡੀ ਐਸ ਐਸ ਸਕੀਮ ਦੇ ਵਿੱਚ ਸਾਡੇ ਬਿਜਲੀ ਘਰ ਜਿਹੜਾ ਉਹ ਸੈਂਕਸ਼ਨ ਜਿਹੜਾ ਉਹ ਹੋ ਚੁੱਕਾ ਵਾ ਆਪਾਂ ਲੋਕਾਂ ਦੇ ਨਾਲ ਅਸੀਂ ਕਮਿਟਮੈਂਟ ਕੀਤੀ ਆ ਚੋਣ ਮੈਨੀਫੈਸਟੋ ਦੇ ਵਿੱਚ ਆਪਣੇ ਪਿੰਡ ਦੇ ਜਦੋਂ ਪੰਚਾਇਤੀ ਚੋਣ ਆਪਾਂ ਲੜੀ ਆ ਅਤੇ ਆਪਾਂ ਪਹਿਲ ਦੇ ਆਧਾਰ 'ਤੇ ਭਾਅ ਜੀ ਸਾਨੂੰ ਫਟਾਫਟ ਉਹ ਜਿਹੜਾ ਬਿਜਲੀ ਘਰ ਜਿਹੜਾ ਉਹ ਰੈਡੀ ਚਾਹੀਦਾ ਵਾ ਅਤੇ ਤੁਸੀਂ ਜਿਹੜੇ ਵੀ ਤੁਹਾਡੇ ਐਫਰਟ ਹੋਣਗੇ ਐਜ਼ ਏ ਐਮ ਐਲ ਏ ਤਾਂ ਤੁਸੀਂ ਜ਼ਰੂਰ ਲਾਇਓ। ਖੈਰ ਉਹਦੇ ਤੋਂ ਬਾਅਦ ਅਗਲੇ ਦਿਨ ਰਿਜ਼ਲਟ ਆਉਂਦੇ ਆ, ਰਿਜ਼ਲਟ ਬਹੁਤ ਵਧੀਆ ਆਉਂਦੇ ਆ, ਬਹੁਮਤ ਦੇ ਵਿੱਚ ਜਿਹੜੀ ਉਹ ਸਰਕਾਰ ਬਣ ਜਾਂਦੀ ਆ, ਸਾਡੀ ਆਪਣੀ ਸਰਕਾਰ ਬਣਦੀ ਆ। ਅਤੇ ਉਹਦੇ ਤੋਂ ਬਾਅਦ ਨੈਕਸਟ ਤੀਸਰੇ ਦਿਨ ਜਿਹੜਾ ਵਾ ਉਹ ਸਰਦਾਰ ਹਰਭਜਨ ਸਿੰਘ ਈ ਟੀ ਓ ਜਿਹੜੇ ਆ ਉਹ ਪਹਿਲਾ ਪਿੰਡ ਹੁੰਦਾ ਜਿਸ ਪਿੰਡ ਦੇ ਵਿੱਚ ਜਿਹੜਾ ਉਹ ਆਉਂਦੇ ਆ, ਅਤੇ ਜਦੋਂ ਆਉਂਦੇ ਆ ਅਤੇ ਅਸੀਂ ਉਹਨਾਂ ਨੂੰ ਉਸ ਵੇਲੇ ਮੈਂ ਅਤੇ ਸੋਨੀ ਅਤੇ ਗ੍ਰਾਮ ਪੰਚਾਇਤ ਦੇ ਉਹਦੀ ਟੀਮ ਅਤੇ ਟਰੱਸਟ ਦੀ ਟੀਮ ਦੇ ਵੱਲੋਂ ਜਦੋਂ ਇੱਕ ਛੋਟੀ ਜਿਹੀ ਮੀਟਿੰਗ ਕੀਤੀ ਜਾਂਦੀ ਆ ਉਹਨਾਂ ਦੇ ਨਾਲ ਆਉਂਦੇ ਹੀ, ਅਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਆਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਅਨਾਊਂਸ ਕਰਕੇ ਜਾਣੀਆਂ ਪਿੰਡ ਦੇ ਵਿੱਚ, ਇੱਕ ਤਾਂ ਗੁਰਦੁਆਰਾ ਵਿਛੋੜਾ ਸਾਹਿਬ ਜਿਹੜਾ ਵਾਇਆ ਬਟਾਲਾ ਬਿਆਸ ਮੁੱਖ ਮਾਰਗ ਨੂੰ ਜੋੜਦਾ ਜਿਹੜਾ ਡਰੇਨ ਦਾ ਪੁਲ ਆ ਉਹਦੇ ਵੀ ਸਾਡੇ ਕੋਲ ਫੰਡ ਰੈਡੀ ਨੇ ਪੰਚਾਇਤ ਦੇ ਕੋਲ, ਪੰਚਾਇਤ ਆਪਣੇ ਜਿਹੜੇ ਫੰਡ ਆ ਉਹਨਾਂ ਦੇ ਰਾਹੀਂ ਉੱਥੇ ਜਿਹੜਾ ਉਹ ਪੁਲ ਨੂੰ ਵਾਈਡ ਕਰਨਾ ਚਾਹੁੰਦੀ ਆ, ਉਹਦੀਆਂ ਸੇਫਟੀ ਵਾਲਸ ਜਿਹੜੀਆਂ ਵਾ ਉਹਨਾਂ ਨੂੰ ਬਣਾਉਣਾ ਚਾਹੁੰਦੀ ਆ, ਅਤੇ ਇੱਕ ਤੁਸੀਂ ਉਹਦਾ ਐਲਾਨ ਕਰਕੇ ਜਾਣਾ ਅਤੇ ਇੱਕ ਤਾਂ ਆਪਣਾ ਬਿਜਲੀ ਘਰ ਜਿਹੜਾ ਵਾ ਉਹਦਾ ਵੀ ਤੁਹਾਡੇ ਮੂੰਹੋਂ ਐਲਾਨ ਅਸੀਂ ਅੱਜ ਕਰਵਾਉਣਾ ਚਾਹੁੰਦੇ ਹਾਂ ਅਤੇ ਤੁਸੀਂ ਕਰਕੇ ਜਾਣਾ। ਖੈਰ ਉਹ ਐਲਾਨ ਕਰਦੇ ਨੇ ਅਤੇ ਅਰਦਾਸ ਮਿਹਨਤੀ ਤੋਂ ਬਾਅਦ ਐਲਾਨ ਹੁੰਦਾ, ਅਤੇ ਦੇਖੋ ਉਹਦੇ ਤੋਂ ਬਾਅਦ ਬੜਾ ਇੱਕ ਜਿਹੜਾ ਕੁਦਰਤੀ ਤੌਰ 'ਤੇ ਇੱਕ ਸੋਹਣਾ ਜਿਹੜਾ ਮੈਸੇਜ ਇਹ ਮਿਲਦਾ ਕਿ 20 ਦਿਨ ਤਕਰੀਬਨ 18-20 ਦਿਨ ਬਾਅਦ ਜਿਹੜੀਆਂ ਉਹ ਮਿਨਿਸਟਰੀਜ਼ ਜਿਹੜਾ ਉਹਨਾਂ ਦੀ ਵੰਡ ਹੁੰਦੀ ਆ, ਅਤੇ ਜਿਹੜੇ ਦੋ ਅਹਿਮ ਕੰਮ ਸਾਡੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਤੋਂ ਉਪਰੰਤ ਜਿਹੜਾ ਉਹ ਸਾਡੇ ਵੱਲੋਂ ਐਲਾਨ ਕਰਵਾਏ ਜਾਂਦੇ ਆ ਆਪਣੇ ਸਰਦਾਰ ਹਰਭਜਨ ਸਿੰਘ ਈ ਟੀ ਓ ਦੇ ਕੋਲੋਂ, ਨੰਬਰ ਇੱਕ ਬਿਜਲੀ ਘਰ, ਨੰਬਰ ਦੋ ਪੀ ਡਬਲਿਊ ਡੀ ਦਾ ਕੰਮ, ਉਸਾਰੀ ਦਾ ਕੰਮ ਯਾਨੀ ਕਿ ਪੁਲ। ਦੋਨੇ ਹੀ ਮਹਿਕਮੇ ਜਿਹੜੇ ਨੇ ਉਹ ਸਰਦਾਰ ਹਰਭਜਨ ਸਿੰਘ ਈ ਟੀ ਓ ਨੂੰ ਮਿਲ ਜਾਂਦੇ ਆ। ਖੈਰ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ, ਕਿਉਂਕਿ ਜਦੋਂ ਜਿਹੜਾ ਇੱਕ ਬੜੇ ਵਧੀਆ ਜਿਹਦੇ ਨਾਲ ਇੱਕ ਪਰਿਵਾਰਕ ਸੰਬੰਧ ਹੋਣਾ ਅਤੇ ਲੰਮੇ ਸਮੇਂ ਤੋਂ ਜਿਹਨਾਂ ਦੇ ਨਾਲ ਅਸੀਂ ਕੰਮ ਕੀਤਾ ਹੋਵੇ, ਜਿਹੜੀ ਪਾਰਟੀ ਲਈ ਕੰਮ ਕੀਤਾ ਹੋਵੇ, ਅਤੇ ਸੁਭਾਵਿਕ ਗੱਲ ਹੈ ਵੀ ਸਾਡੀ ਆਪਣੀ ਸਰਕਾਰ ਬਣੀ ਅਤੇ ਖੁਸ਼ੀ ਵੀ ਹੋਈ ਕਿ ਸਾਡਾ ਭਰਾ ਜਿਹੜਾ ਉਹ ਕੈਬਨਿਟ ਦੇ ਵਿੱਚ ਇੱਕ ਬੜੇ ਤੋਂ ਵੱਡੇ ਉਹ ਅਹੁਦੇ ਜਿਹੜੇ ਆ ਅਹੁਦਿਆਂ ਲਈ ਸਾਡੇ ਪਿੰਡ ਦੇ ਵਿੱਚ ਜਿਹੜਾ 20 ਦਿਨ ਪਹਿਲਾਂ ਜਿਹੜੀ ਅਰਦਾਸ ਬੇਨਤੀ ਹੋਈ ਆ ਉਹ ਵਾਲੇ ਮਿਲੇ ਆ, ਖੁਸ਼ੀ ਹੁੰਦੀ ਆ। ਉਹ ਤੋਂ ਬਾਅਦ ਫਿਰ ਚੰਡੀਗੜ੍ਹ ਮੀਟਿੰਗ ਹੁੰਦੀ ਆ ਭਾਅ ਜੀ ਇਹਨਾਂ ਦੇ ਨਾਲ, ਜਦੋਂ ਉੱਥੇ ਆਪਣੇ ਦਫ਼ਤਰ ਦੇ ਵਿੱਚ ਬੈਠਦੇ ਆ, ਮੇਰੇ ਖਿਆਲ ਨਾਲ ਤੀਜੇ ਚੌਥੇ ਦਿਨ ਅਸੀਂ ਜਾਂਦੇ ਹਾਂ, ਮੈਂ ਆਰ ਜਿਹੜਾ ਸੋਨੀ ਭਾਅ ਜੀ ਆ ਸਰਪੰਚ ਸਾਹਿਬ ਅਤੇ ਦੀਪੂ ਭਾਅ ਜੀ ਹੋਣੀ, ਅਸੀਂ 3-4 ਜਣੇ ਜਾਂਦੇ ਹਾਂ ਉੱਥੇ ਵੀ। ਉਹ ਜਾਂਦੇ ਹੀ ਉਹ ਕਹਿੰਦੇ ਕਹਿੰਦੇ ਮਨਦੀਪ ਤੇਰਾ ਬਿਜਲੀ ਘਰ, ਸਰਪੰਚ ਸਾਹਿਬ ਨੂੰ ਕਹਿੰਦੇ ਨਾਲ, ਕਹਿੰਦੇ ਵੀ ਤੁਹਾਡਾ ਬਿਜਲੀ ਘਰ ਦੀ ਤਿਆਰੀ ਕਰੋ, ਬਸ ਆਪਾਂ ਬਿਜਲੀ ਘਰ ਆ। ਅਤੇ ਖੈਰ ਉਹਨਾਂ ਦੇ ਵੱਲੋਂ ਕਾਫੀ ਐਫਰਟ ਜਿਹੜੇ ਆ ਉਹ ਕੀਤੇ ਜਾਂਦੇ ਆ ਅਤੇ ਹੁਣ ਵੀ ਐਫਰਟ ਕੀਤੇ ਜਾ ਰਹੇ ਆ। ਹਾਂ, ਸਿਆਸੀ ਮਤਭੇਦ ਜਿਹੜੇ ਆ ਕੋਈ ਨਹੀਂ ਮੇਰੇ ਉਹਨਾਂ ਦੇ ਨਾਲ, ਜਿਹੜੇ ਇਸ਼ੂਸ ਨੇ ਇਨਵਾਇਰਮੈਂਟ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਜਾਂ ਪਿੰਡ ਬੁੱਟਰ ਦੇ ਰਸਤੇ ਨੂੰ ਲੈ ਕੇ ਜਿਹੜੇ ਹੈਗੇ ਆ ਉਹ ਜੱਗਜਾਰ ਨੇ, ਉਹਨਾਂ ਇਸ਼ੂਸ ਦੇ ਉੱਤੇ ਜਿਹੜਾ ਉਹ ਮੈਂ ਅਕਸਰ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਬੋਲਦਾ ਵੀ ਹਾਂ। ਬਾਕੀ ਉਹਦੇ ਤੋਂ ਬਾਅਦ ਜੋ ਅੱਜ ਦੀ ਇਹ ਵੀਡੀਓ ਸਪੈਸ਼ਲੀ ਤਾਂ ਬਣਾਉਣੀ ਪਈ, ਤੁਹਾਡੇ ਨਾਲ ਸਾਂਝੀ ਕਰਨੀ ਪਈ, ਕਿਉਂਕਿ ਪਿੰਡ ਦੇ ਜਿਹੜੇ ਕੁਝ ਇੱਕ ਲੋਕ ਜਿਹੜੇ ਆ ਨਾ ਉਹ ਲਗਾਤਾਰ ਇਹ ਅਫਵਾਹ ਬਣਾਉਂਦੇ ਆ ਕਿ ਇਹਨਾਂ ਵੱਲੋਂ ਬਿਜਲੀ ਘਰ ਜਿਹੜਾ ਉਹ ਰੋਕਿਆ ਜਾਂਦਾ ਰਿਹਾ, ਇਹਨਾਂ ਦੇ ਵੱਲੋਂ ਦੇਰੀ ਕੀਤੀ ਜਾ ਰਹੀ ਆ, ਕੰਮਾਂ ਦੇ ਵਿੱਚ ਦੇਰੀ ਕੀਤੀ ਜਾ ਰਹੀ ਆ। ਖੈਰ ਮੈਂ ਥੋੜ੍ਹਾ ਜਿਹਾ ਹੁਣ ਡੇਟ ਦੇ ਅੰਕੜਿਆਂ ਦੇ ਉੱਤੇ ਆ ਜਾ। ਮੇਰੇ ਕੋਲ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਜਦੋਂ ਅੱਜ ਕੱਲ੍ਹ ਸਾਡੀ ਜਿਹੜਾ ਉਹ ਜ਼ਮੀਨ ਦੇਣ ਦੀ ਗੱਲ ਸੀ, ਸਭ ਤੋਂ ਪਹਿਲਾਂ ਤਾਂ ਜ਼ਮੀਨ ਜਦੋਂ ਦਿੱਤੀ ਆ ਉਦੋਂ ਕੁਛ ਕੰਡੀਸ਼ਨਲ, ਕਿਉਂਕਿ
ਜਿਹੜੀ ਇਹ RDSS ਸਕੀਮ ਆ ਇਹਦੇ ਵਿੱਚ ਕੁਝ ਕੰਡੀਸ਼ਨਾਂ ਸੀ ਸੈਂਟਰ ਗਵਰਨਮੈਂਟ ਦੀਆਂ, ਉਹਦੇ ਅਕੋਰਡਿੰਗ ਅਸੀਂ ਵੀ ਆਪਣੀਆਂ ਜਿਹੜੀਆਂ ਕੰਡੀਸ਼ਨਾਂ ਹੋਰ ਵਧਾ ਦਿੱਤੀਆਂ, ਜਿਹੜੀਆਂ ਉਸ ਵੇਲੇ ਅੱਜ ਤੋਂ 8 ਸਾਲ ਪਹਿਲਾਂ ਪੂਰੀਆਂ ਨਹੀਂ ਸੀ, ਹੋਰ ਅਸੀਂ ਕੁਝ ਵਧਾਈਆਂ। ਇਹਦੇ ਵਿੱਚ ਅਸੀਂ 10 ਤਰੀਕ ਨੂੰ ਜਿਹੜਾ ਕੁਝ ਵਿਅਕਤੀ ਵਿਸ਼ੇਸ਼ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਜਿਹੜੀਆਂ ਫਾਰਮੈਲਿਟੀਜ਼ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ। ਮੇਰੇ ਖਿਆਲ ਨਾਲ ਕੱਲ੍ਹ ਉਹਨਾਂ ਦੇ ਵੱਲੋਂ ਇੱਕ ਫੇਸਬੁੱਕ ਦੇ ਉੱਤੇ ਜਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਜਿਹੜਾ ਵਾ ਲੋਕਾਂ ਨੂੰ ਮਿਸਗਾਈਡ ਜਿਹੜਾ ਉਹ ਕੀਤਾ ਜਾਂਦਾ। ਉਹਦੇ ਵਿੱਚ ਸ਼੍ਰੀਮਾਨ ਜੀ ਨੇ ਪੋਸਟ ਜਿਹੜੀ ਪਾਈ ਆ, ਪੋਸਟ ਕੱਲ੍ਹ ਦੀ ਡੇਟ 'ਚ ਪਾਈ ਆ, ਅਤੇ ਅੱਜ ਤੋਂ ਤੁਸੀਂ ਇਹ ਲਾ ਲਓ ਵੀ 10 ਤਰੀਕ ਨੂੰ ਅਸੀਂ ਰੈਜੂਲੇਸ਼ਨ ਪਾਇਆ ਪੰਚਾਇਤ ਨੇ। ਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤਰੀਕ ਦਿਖਾ ਦਿਆਂ, 10 ਤਰੀਕ ਆ, ਸੋਰੀ ਵਰਡ ਜਿਹੜੇ ਆ ਉਹ ਪੁੱਠੇ ਦੇਖਣੇ ਆ ਕਿਉਂਕਿ ਮੈਂ ਫਰੰਟ ਵਾਲਾ ਕੈਮਰਾ ਜਿਹੜਾ ਉਹ ਔਨ ਕੀਤਾ ਵਾ। ਇਹ 10 ਜੂਨ ਜਿਹੜਾ ਵਾ ਇੱਥੇ ਤੁਸੀਂ ਪੜ੍ਹ ਸਕਦੇ ਹੋ, ਆ 10 ਜੂਨ ਲਿਖਿਆ ਆ। 10 ਜੂਨ ਨੂੰ ਅਸੀਂ ਰੈਜੂਲੇਸ਼ਨ ਪਾਉਂਦੇ ਹਾਂ। ਰੈਜੂਲੇਸ਼ਨ ਦੇ ਵਿੱਚ ਜੋ ਉਹਨਾਂ ਦੇ ਮਹਿਕਮੇ ਦੇ ਵੱਲੋਂ ਕਿਹਾ ਜਾਂਦਾ ਵੀ ਸਾਨੂੰ ਵੀ ਇੱਕ ਮੈਸੇਜ ਦੇ ਰਾਹੀਂ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਪਹਿਲਾਂ ਰੈਜੂਲੇਸ਼ਨ ਪਾ ਕੇ ਭੇਜਿਆ ਅੱਜ ਤੋਂ ਕੁਝ ਸਮਾਂ ਪਹਿਲਾਂ ETO ਸਾਹਿਬ ਦੇ ਮੰਤਰੀ ਬਣਨ ਤੋਂ ਬਾਅਦਾਂ ਅਸੀਂ ਇੱਕ ਰੈਜੂਲੇਸ਼ਨ ਪਾਉਂਦੇ ਹਾਂ ਜਿਹੜਾ ਕੰਡੀਸ਼ਨਸ ਜਿਹੜੀਆਂ ਲਾ ਕੇ ਅਸੀਂ ਭੇਜਦੇ ਹਾਂ। ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਇਸ ਤਰੀਕੇ ਨਾਲ ਪਾ ਕੇ ਭੇਜੋ। ਇੱਕ ਪਿੰਡ ਦਾ ਉਹਨਾਂ ਨੇ ਕਿਸੇ ਮਾਲਵੇ ਦੇ ਕਿਸੇ ਪਿੰਡ ਦਾ ਜਿਹੜਾ ਰੈਜੂਲੇਸ਼ਨ ਪਾ ਕੇ ਭੇਜਿਆ, ਉਹਦੇ ਵਿੱਚ ਉਹਨਾਂ ਨੇ ਤਕਰੀਬਨ 3 ਏਕੜ ਦੇ ਕਰੀਬ ਜਿਹੜੀ ਆ ਉਹ 3.25 ਏਕੜ ਦੇ ਕਰੀਬ ਜਿਹੜੀ ਉਹ ਜ਼ਮੀਨ ਜਿਹੜੀ ਆ ਉਸ ਪਿੰਡ ਨੇ ਦਿੱਤੀ ਆ, ਅਤੇ ਅਸੀਂ ਉਹਨਾਂ ਨੇ ਕੋਈ ਵੀ ਕੰਡੀਸ਼ਨ ਨਹੀਂ ਪਾਈ। ਅਤੇ ਫਿਰ ਜਿਹੜੀ ਐਕਸੀਅਨ ਉਸਾਰੀ ਨੇ ਹਰਕਵਲ ਜੀਤ ਸਿੰਘ ਆ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਦਾ ਨਾਮ ਕਾਲੋਂ, ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਰੈਜੂਲੇਸ਼ਨ ਇਸ ਤਰੀਕੇ ਨਾਲ ਪਾ ਕੇ ਭੇਜੋ। ਅਤੇ ਅਸੀਂ ਵਾਪਸੀ ਐਕਸੀਅਨ ਸਾਹਿਬ ਨੂੰ ਅਤੇ ਉਹਨਾਂ ਦੇ ਨਾਲ ਜਿਹੜੇ SC ਆਉਂਦੇ ਨੇ ਉਹਨਾਂ ਨੂੰ ਵਾਪਸੀ ਇਹ ਜਵਾਬ ਦਿੱਤਾ ਫੋਨ ਦੇ ਉੱਤੇ, ਇਹ 9 ਤਰੀਕ ਦੀ ਗੱਲ ਆ, 8 ਜਾਂ 9 ਤਰੀਕ ਦੀ ਗੱਲ ਆ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਨਹੀਂ, ਅਸੀਂ ਇਸ ਤਰੀਕੇ ਨਾਲ ਮਤਾ ਨਹੀਂ ਪਾਉਣਾ ਜਿਸ ਤਰੀਕੇ ਨਾਲ ਤੁਸੀਂ ਭੇਜਿਆ ਵਾ। ਅਸੀਂ ਸਾਡੀਆਂ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਉਹਨਾਂ ਕੰਡੀਸ਼ਨਾਂ ਨੂੰ ਨਾਲ ਵਿੱਚ ਰੈਜੂਲੇਸ਼ਨ ਦੇ ਅਸੀਂ ਮੈਨਸ਼ਨ ਕਰਨਾ ਹੀ ਕਰਨਾ ਵਾ। ਹਾਂ, ਜਿਹੜੀਆਂ ਤੁਸੀਂ ਕੁਛ ਹੋਰ ਗੱਲਾਂ ਲਿਖ ਕੇ ਭੇਜੀਆਂ ਉਹ ਵੀ ਅਸੀਂ ਜ਼ਰੂਰ ਜਿਹੜੀਆਂ ਨਾਲ ਵਿੱਚ ਮੈਨਸ਼ਨ ਕਰ ਦਿਆਂਗੇ। ਖੈਰ, ਉਹ ਤੋਂ ਬਾਅਦ ਇੱਕ ਰੈਜੂਲੇਸ਼ਨ ਪਾ ਕੇ ਭੇਜਿਆ। ਰੈਜੂਲੇਸ਼ਨ ਮੈਂ ਸ਼ੋਰਟ ਸੀ ਤੁਹਾਨੂੰ ਥੋੜ੍ਹਾ ਜਿਹਾ ਪੜ੍ਹ ਦਿਆਂ ਕਿ ਅੱਜ ਮਿਤੀ 10 ਜੂਨ 2023 ਨੂੰ ਗ੍ਰਾਮ ਪੰਚਾਇਤ ਧਰਦਿਓ ਦੀ ਮੀਟਿੰਗ ਸਰਪੰਚ ਕਵਲਜੀਤ ਕੌਰ ਦੀ ਪ੍ਰਧਾਨਗੀ ਅਧੀਨ ਹੋਈ। ਕੋਰਮ ਪੂਰਾ ਹੈ ਅਤੇ ਹੇਠਲੀ ਕਾਰਵਾਈ ਕੀਤੀ ਗਈ। ਗ੍ਰਾਮ ਪੰਚਾਇਤ ਧਰਦਿਓ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿੱਚ ਨਿਰਵਿਘਨ ਸਪਲਾਈ ਲਈ ਬਿਜਲੀ ਘਰ ਦੀ ਲੋੜ ਮਹਿਸੂਸ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਸਬ ਸਟੇਸ਼ਨ ਮਹਿਤਾ ਦਾ ਦੂਰ ਹੋਣ ਦਾ ਕਾਰਨ ਅਕਸਰ ਦੇ ਕਾਰਨ ਅਕਸਰ ਬਿਜਲੀ ਸਪਲਾਈ ਦਾ ਪ੍ਰਭਾਵਿਤ ਹੋਣਾ ਹੈ। ਇਸ ਸੰਬੰਧੀ ਪੰਚਾਇਤ ਵੱਲੋਂ ਅੱਜ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਬਟਾਲਾ ਬਿਆਸ ਮਾਰਗ 'ਤੇ ਸਥਿਤ ਪੰਚਾਇਤੀ ਜ਼ਮੀਨ ਦਾ 88.3 ਰਕਬਾ 8 ਕਨਾਲ ਅਤੇ 88.8 ਰਕਬਾ 3 ਕਨਾਲ 5 ਮਰਲੇ ਨਹਿਰੀ ਇਸ ਨੂੰ ਇਸ ਕਾਰਜ ਲਈ ਜਿਹੜਾ ਵਾ ਉਹ ਪੰਚਾਇਤ ਦੇ ਵੱਲੋਂ ਦਿੱਤਾ ਜਾਂਦਾ। ਰਕਬਾ ਪੰਚਾਇਤ ਵੱਲੋਂ PSPCL ਨੂੰ ਸ਼ਰਤਾਂ ਦੇ ਅਧੀਨ ਮੁਫਤ ਦਿੱਤਾ ਜਾਵੇਗਾ। PSPCL ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਜ਼ਮੀਨ ਦੇ ਵਿੱਚ ਕੋਈ ਵੀ ਧਾਰਮਿਕ ਮਕਬਰਾ ਅਤੇ ਧਾਰਮਿਕ ਸਥਾਨ ਆਦਿ ਨਹੀਂ ਹੈ। ਇਹ ਜ਼ਮੀਨ ਗ੍ਰਾਮ ਪੰਚਾਇਤ ਧਰਦਿਓ ਦੁਆਰਾ ਦੀ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ ਹੈ ਅਤੇ ਵਕਫ ਬੋਰਡ ਆਦਿ ਦੀ ਇਸ ਜ਼ਮੀਨ ਦੇ ਉੱਤੇ ਕੋਈ ਆਦਿ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਕੋਰਟ ਕੇਸ ਕਿਸੇ ਕਿਸਮ ਦਾ ਕੋਈ ਕੋਰਟ ਕੇਸ ਨਹੀਂ ਚੱਲਦਾ। ਗਰਦਾਵਰੀ ਵੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਮ 'ਤੇ ਨਹੀਂ ਹੈ ਅਤੇ ਪੰਚਾਇਤ ਵੱਲੋਂ ਇਸ ਕਾਰਜ ਲਈ 4 ਕਰਮ ਦਾ ਰਸਤਾ ਦਿੱਤਾ ਜਾਵੇਗਾ, ਉਸ ਉੱਪਰ ਭਰਤੀ ਪਾ ਕੇ ਦਿੱਤੀ ਜਾਵੇਗੀ। ਪੰਚਾਇਤ ਵੱਲੋਂ ਜਿਨ੍ਹਾਂ ਸ਼ਰਤਾਂ ਦੇ ਅਧੀਨ ਜ਼ਮੀਨ ਦਿੱਤੀ ਜਾ ਰਹੀ ਹੈ ਉਹ ਹੇਠ ਲਿਖੇ ਅਨੁਸਾਰ ਹੈ। ਸਾਡੇ ਪਿੰਡ ਨੂੰ ਬਿਜਲੀ ਕੈਟਾਗਰੀ 1 ਦੇ ਅਨੁਸਾਰ ਦਿੱਤੀ ਜਾਵੇ। ਇਹ ਡਿਮਾਂਡਸ ਉਦੋਂ ਵੀ ਸੀ, ਅੱਜ ਤੋਂ 8 ਸਾਲ ਪਹਿਲਾਂ ਵੀ ਸੀ, ਕਿਉਂਕਿ ਉਦੋਂ ਉਹਨਾਂ ਨੇ ਇਕੱਲਾ ਪਾਇਆ ਸੀ ਕਿ ਪਿੰਡ ਨੂੰ 24 ਘੰਟੇ ਸਪਲਾਈ ਜਿਹੜੀ ਆ ਉਹ ਦਿੱਤੀ ਜਾਵੇ। 24 ਘੰਟੇ ਸਪਲਾਈ ਨੂੰ ਉਸ ਵੇਲੇ ਵੀ ਤਕਰੀਬਨ 18 ਤੋਂ 20 ਸਾਲ ਜਿਹੜੀ ਆ ਉਹ ਹੋ ਚੁੱਕੇ ਸੀ ਅਤੇ ਅਸੀਂ ਕਿਹਾ ਵੀ ਸਾਨੂੰ ਜਿਹੜੀਆਂ ਸ਼ਰਤਾਂ ਨੇ ਉਹਨਾਂ ਸ਼ਰਤਾਂ ਦੇ ਆਧਾਰ 'ਤੇ ਅਸੀਂ ਮਤਲਬ ਵੀ ਆਪਣਾ ਜ਼ਮੀਨ ਜਿਹੜੀ ਉਹ ਦੇਵਾਂਗੇ।
ਦੂਸਰੀ ਸ਼ਰਤ ਸੀ ਪਿੰਡ ਨੂੰ ਦਿੱਤੀ ਜਾਣ ਵਾਲੀ ਸਪਲਾਈ ਲਾਈਨ ਅਰਬਨ ਅਤੇ ਰੂਰਲ ਦੋਨਾਂ ਦਾ ਕੋਈ ਵੀ ਹੋਰ ਪਿੰਡ ਨੂੰ ਸੰਪਰਕ ਨਾ ਹੋਣ ਅਤੇ ਨਾ ਭਵਿੱਖ ਦੇ ਵਿੱਚ ਦਿੱਤਾ ਜਾਵੇ। ਪਿੰਡ ਦੇ ਦੋ ਪੰਚਾਇਤੀ ਚੱਕ ਹਨ ਜਿਨ੍ਹਾਂ ਵਿੱਚ ਬਿਜਲੀ ਕਨੈਕਸ਼ਨ ਮੋਟਰਾਂ ਲਈ ਮੁਹੱਈਆ ਕਰਵਾਏ ਜਾਣ, ਕਿਉਂਕਿ ਇਹ ਸਾਡੇ ਕੋਲ ਦੋ ਪੰਚਾਇਤੀ ਚੱਕ ਇਹੋ ਜਿਹੇ ਆ ਜਿੱਥੇ ਸਾਡੇ ਕੋਲ ਬਿਜਲੀ ਦੇ ਕਨੈਕਸ਼ਨ ਜਿਹੜੇ ਉਹ ਨਹੀਂ ਹੈਗੇ। ਹਾਂ, ਨਹਿਰੀ ਪਾਣੀ ਜ਼ਰੂਰ ਉਹਨਾਂ ਚੱਕਾਂ ਨੂੰ ਜਿਹੜਾ ਉਹ ਲੱਗਦਾ। ਪਿੰਡ ਦੀਆਂ ਮੌਜੂਦਾ ਮਿਆਦ ਪੁਗਾ ਚੁੱਕੀਆਂ ਸਭ ਤਾਰਾਂ ਬਦਲੀਆਂ ਜਾਣ ਅਤੇ ਪਿੰਡ ਦੀ LT ਅਤੇ HT ਲਾਈਨਾਂ ਦਾ ਨਵੀਨੀਕਰਨ ਕੀਤਾ ਜਾਵੇ। ਇਹ 4 ਨੰਬਰ ਪੁਆਇੰਟ ਸੀ ਸਾਡਾ। ਉਹ ਤੋਂ ਬਾਅਦ 5 ਨੰਬਰ ਪੁਆਇੰਟ ਵਿੱਚ ਆ ਗਿਆ ਜੀ, ਪਿੰਡ ਵਿੱਚ 11 KV ਦੀਆਂ ਅਨਸੇਫ ਤਾਰਾਂ ਜੋ ਕਿ ਲੋਕਾਂ ਦੇ ਘਰਾਂ ਦੇ ਉੱਤੋਂ ਦੀ ਲੰਘਦੀਆਂ ਹਨ ਅਤੇ ਉਸ ਥਾਂ ਦੇ ਉੱਤੇ ਪਲਾਸਟਿਕ ਦੀ ਕੇਬਲ ਜਿਹੜੀ ਉਹ ਜਿਹਨੂੰ ਆਪਾਂ KLP ਬੋਲਦੇ ਹਾਂ ਕਿ XLP ਬੋਲਦੇ ਹਾਂ, ਉਹ ਜਿਹੜੀ ਆ ਉਹ ਪਾਈ ਜਾਵੇ। ਹੁਣ ਉੱਥੇ ਰੀਜ਼ਨ ਇਹ ਆ ਵੀ ਬਹੁਤ ਇਹੋ ਜਿਹੇ ਘਰ ਪਿੰਡ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਘਰ ਜਿਹੜੇ ਆ ਉਹ 11 KV ਦੇ ਬਾਅਦ ਦੇ ਵਿੱਚ ਹੇਠਾਂ ਬਣੇ ਆ ਅਤੇ ਉਹਨਾਂ ਦੇ ਅੱਜ ਤੱਕ ਬਿਜਲੀ ਦੇ ਕਨੈਕਸ਼ਨ ਜਿਹੜੇ ਆ ਉਹਨਾਂ ਨੂੰ ਨਹੀਂ ਨਸੀਬ ਹੋ ਰਿਹਾ। ਇਹਦੇ ਲਈ ਇੱਕ ਵੱਡੀ ਦੂਸਰੀ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਇਹੋ ਜਿਹੇ ਪਿੰਡ ਦੇ ਵਿੱਚ ਹਾਦਸੇ ਵੀ ਹੋਏ ਆ ਜਿਨ੍ਹਾਂ ਦਾ ਕਰਕੇ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਗਵਾਉਣੀਆਂ ਪਈਆਂ ਵਾ ਅਤੇ ਬਹੁਤ ਇਹੋ ਜਿਹੇ ਸੱਜਣ ਆ ਜਿਨ੍ਹਾਂ ਦੇ ਹਾਲਾਤ ਇਸ ਵੇਲੇ ਜਿਹੜੇ ਆ ਉਹ ਅਪੰਗਾਂ ਵਾਲੇ ਆ। ਖੈਰ, ਇਹਤੋਂ ਅਗਲਾ ਪੁਆਇੰਟ ਸੀ ਕਿ ਪਿੰਡ ਦਾ ਸਪਲਾਈ ਸਿਸਟਮ ਟਰਾਂਸਫਾਰਮਰ ਆਦਿ ਮਾਡਰਨ ਤਰੀਕੇ ਦੇ ਕੀਤੇ ਜਾਣ, ਮੀਟਰ ਬਕਸਿਆਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਟੁੱਟ ਚੁੱਕੇ ਬਕਸੇ ਜਿਹੜੇ ਆ ਉਹ ਬਦਲੇ ਜਾਣ। ਜੇਕਰ ਲੋਕਲ ਪੱਧਰ ਦੀ ਕੋਈ ਵੀ ਨੌਕਰੀ ਨਿਕਲਦੀ ਹੈ ਤਾਂ ਗ੍ਰਾਮ ਪੰਚਾਇਤ ਤਰਦਿਓ ਦੇ ਬੇਰੁਜ਼ਗਾਰਾਂ ਨੂੰ ਪਹਿਲ ਦਿੱਤੀ ਜਾਵੇ। ਬੋਰਡ ਨੂੰ ਇਹ ਜ਼ਮੀਨ ਬਿਜਲੀ ਵਿਭਾਗ ਦੀ ਵਰਤੋਂ ਸੰਬੰਧੀ ਹੀ ਦਿੱਤੀ ਜਾਂਦੀ ਹੈ ਅਤੇ ਉਕਤ ਜ਼ਮੀਨ ਵਿਭਾਗ PSPCL ਅੱਗੇ ਵੇਚ ਨਹੀਂ ਸਕਦਾ। ਇਹ ਕੰਡੀਸ਼ਨਾਂ ਸੀ। ਇਹ ਤੋਂ ਅਗਲੇ ਬੰਨੇ 10 ਨੰਬਰ ਕੰਡੀਸ਼ਨ ਇਹ ਆ ਕਿ ਪੰਚਾਇਤ ਜਿਹੜੀ ਆ ਉਹ ਭਰਤੀ ਬਿਜਲੀ ਘਰ ਵਾਲੇ ਥਾਂ ਦੇ ਉੱਤੇ ਭਰਤੀ ਪਾ ਕੇ ਨਹੀਂ ਦੇਵੇਗੀ। ਉਕਤ ਮਤੇ ਨੂੰ ਪੰਚਾਇਤ ਸਰਬਸੰਮਤੀ ਨਾਲ ਪਾਸ ਕਰਦੀ ਹੈ ਅਤੇ PSPCL ਨੂੰ ਅਗਲੀ ਵਿਭਾਗੀ ਕਾਰਵਾਈ ਲਈ ਭੇਜਿਆ ਜਾਂਦਾ। ਖੈਰ, ਇਹ ਆਪਾਂ ਮਤਾ ਰੈਜੂਲੇਸ਼ਨ ਜਿਹੜਾ ਵਾ ਉਹ ਗ੍ਰਾਮ ਪੰਚਾਇਤ ਦੇ ਉਹਦੇ ਵੱਲੋਂ ਜਿਹੜਾ ਵਾ ਉਹ ਮਿਤੀ 10 ਜੂਨ 2023 ਨੂੰ ਜਿਹੜਾ ਉਹ ਪਾਇਆ ਜਾਂਦਾ। ਹੁਣ ਕੁਝ ਗੱਲਾਂ ਤੁਹਾਨੂੰ ਸਪਸ਼ਟ ਹੋ ਗਈਆਂ ਹੋਣਗੀਆਂ ਕਿ ਇਹ ਵਾਲੀਆਂ ਕੰਡੀਸ਼ਨਾਂ ਜਿਹੜੀਆਂ ਉਸ ਵੇਲੇ ਅੱਜ ਤੋਂ 8 ਸਾਲ ਪਹਿਲਾਂ ਵੀ ਸਾਡੀਆਂ ਕੰਡੀਸ਼ਨਾਂ ਇਹੀ ਸੀ। ਉਹਦੇ ਤੋਂ ਬਾਅਦ ਜਦੋਂ ਇੱਥੇ ਗੁਰਦੁਆਰਾ ਸਾਹਿਬ ਇੱਕ ਮੀਟਿੰਗ ਹੋਈ ਆ ਪੰਚਾਇਤਾਂ ਦੇ ਨਾਲ, ਉਦੋਂ ਇਹਨਾਂ ਕੰਡੀਸ਼ਨਾਂ ਨੂੰ ਪਾ ਕੇ ਭੇਜਿਆ ਗਿਆ ਸੀ। ਇਹਦੇ ਤੋਂ ਅਲੱਗ ਜਿਹੜੀ ਪੰਚਾਇਤ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਆ, ਮੈਂ ਥੋੜ੍ਹਾ ਜਿਹਾ ਕਾਰਵਾਈ ਦੇ ਬਾਰੇ ਵੀ ਦੱਸਦਾ ਵੀ ਆਪਣੀ ਜਿਹੜੀ ਉੱਥੇ ਜੀ ਕਿਸੇ ਦੇ ਵੱਲੋਂ ਟਿੱਪਣੀਆਂ ਇਹ ਕੀਤੀਆਂ ਜਾਣ ਦੀਆਂ ਵਿਅਕਤੀ ਵਿਸ਼ੇਸ਼ ਦੇ ਵੱਲੋਂ ਕਿ ਇਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਉਹ ਸਮੇਂ ਸਿਰ ਅਮਲ ਦੇ ਵਿੱਚ ਨਹੀਂ ਲਿਆਂਦੀ ਜਾ ਰਹੀ ਕਿ ਇਹਨਾਂ ਦੀਆਂ ਖੁਦ ਦੀਆਂ ਅਣਗਹਿਲੀਆਂ ਨੇ। ਦੇਖੋ, ਅਸੀਂ ਪਿੰਡ ਵਾਲਿਆਂ ਨੇ ਆਪਣੀ ਪ੍ਰੋਪਰਟੀ ਦੇਣੀ ਆ ਅਤੇ ਮੈਂ ਇੱਕ ਹੋਰ ਦੱਸਦਾ ਕਿ ਜਿੰਨੀਆਂ ਕੰਡੀਸ਼ਨਾਂ ਜਾਂ ਜਿਹੜੇ ਤਰੀਕੇ ਨਾਲ ਇਹ ਰੈਜੂਲੇਸ਼ਨ ਪਿਆ ਪੂਰੇ ਪੰਜਾਬ ਦੇ ਵਿੱਚੋਂ ਸ਼ਾਇਦ ਹੀ ਆ ਕਿਸੇ ਪੰਚਾਇਤ ਨੇ ਇੰਨੀਆਂ ਕੰਡੀਸ਼ਨਾਂ ਜਾਂ ਇਸ ਤਰੀਕੇ ਦੇ ਨਾਲ ਆਪਣਾ ਰੈਜੂਲੇਸ਼ਨ ਜਿਹੜਾ ਵਾ ਉਹ ਪਾਇਆ ਹੋਵੇ। ਖੈਰ, ਜਿਹੜਾ ਇਹ 15 ਜੂਨ ਨੂੰ ਸਾਡੇ ਕੋਲ ਬਾਅਦ ਦੇ ਵਿੱਚ ਆਉਂਦੇ ਆ ਆਪਣੇ ਜਿਹੜੇ SC ਨੇ, SP ਸਿੰਘ, ਚਰਨ ਕਮਲ ਸਿੰਘ ਕਾਲੋਂ, SDO ਕਮਲ ਕੁਮਾਰ, ਇਹ ਸਾਰੀ ਟੀਮ ਸਾਡੇ ਕੋਲ ਆਉਂਦੀ ਆ 15 ਤਰੀਕ ਨੂੰ ਅਤੇ ਇਹਨਾਂ ਦੇ ਵੱਲੋਂ ਸਾਨੂੰ ਇਹ ਕਿਹਾ ਜਾਂਦਾ ਵਾ ਵੀ ਤੁਸੀਂ ਇਸ ਰਕਬੇ ਦੀ ਸਾਨੂੰ ਨਿਸ਼ਾਨਦੇਹੀ ਕਰਵਾ ਕੇ ਦਿਓ ਅਤੇ ਸਾਨੂੰ ਇਹਦੀ ਫਰਦ ਕਢਾ ਕੇ ਦਿਓ। ਫਿਰ ਛਿਛਰਾ, ਲੱਠਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਡਿਮਾਂਡ ਕੀਤੀਆਂ ਜਾਂਦੀਆਂ ਇਹਨਾਂ ਦੇ ਵੱਲੋਂ। ਹੁਣ ਉਹਨਾਂ ਵਿਅਕਤੀ ਵਿਸ਼ੇਸ਼ ਦੇ ਵੱਲੋਂ ਇਹ ਕਿਹਾ ਜਾਂਦਾ ਵਾ ਕਿ ਇਹਨਾਂ ਦੇ ਵੱਲੋਂ ਦੇਰੀਆਂ ਕੀਤੀਆਂ ਜਾ ਰਹੀਆਂ। 15 ਜੂਨ ਨੂੰ ਮੇਰੀ ਫੇਸਬੁੱਕ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਹੜਾ ਸਰਪੰਚ ਸਾਹਿਬ ਅਤੇ ਸਾਡੀ ਟੀਮ ਕੁਲਵੰਤ ਸਿੰਘ ਮਾਲਾ, ਜਿਹੜੇ ਮੈਂਬਰ ਪੰਚਾਇਤ ਨੇ, ਸ਼ਹੀਦ ਮਲਕੀਤ ਸਿੰਘ ਨਗਰ ਤੋਂ, ਉਹ ਵੀ ਸਾਰੇ ਉੱਥੇ ਮੇਰੇ ਫਾਰਮ ਦੇ ਉੱਤੇ ਇੱਕ ਫੋਟੋ ਹੁੰਦੀ ਆ ਉਹਦੇ ਵਿੱਚ ਸਾਰੇ ਜਣੇ ਆਪਾਂ ਉਹ 'ਚ ਦਿਖਾਈ ਦਿੰਦੇ ਹਾਂ ਆਪਣੇ ਸੀਨੀਅਰ ਔਫੀਸਰਸ ਦੇ ਨਾਲ।
ਤੇ ਆ ਜਿਹੜੀ ਮੈਂ ਇੱਕ ਫਰਦ ਜਿਹੜੀ ਆ ਮੈਂ ਮੇਰੇ ਹੱਥ ਦੇ ਵਿੱਚ ਜਿਹੜੀ ਫਰਦ ਆ ਉਹ 16 ਤਰੀਕ ਦੀ ਆ 15 ਤਰੀਕ ਨੂੰ ਸਾਡੇ ਕੋਲ ਆਉਂਦੇ ਆ ਅਤੇ 16 ਤਰੀਕ ਨੂੰ ਤੁਸੀਂ ਦੇਖ ਸਕਦੇ ਆ 16 ਤਰੀਕ ਆ 16 ਤਰੀਕ ਨੂੰ ਜਿਹੜਾ ਉਹ ਅਸੀਂ ਫਰਦ ਕਢਾ ਲੈਂਦੇ ਹਾਂ ਫਰਦ ਕਢਾ ਕੇ ਆਪਾਂ ਉਹਨਾਂ ਨੂੰ ਫਰਦ ਮੁਹੱਈਆ ਕਰਵਾ ਦਿੰਦੇ ਹਾਂ ਉਹਨਾਂ ਨੂੰ ਦੱਸ ਦਿੰਦੇ ਹਾਂ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਰੈਡੀ ਆ ਉਹ ਕਹਿੰਦੇ ਵੀ ਤੁਸੀਂ ਹੁਣ ਨਿਸ਼ਾਨਦੇਹੀ ਦੀ ਤਿਆਰੀ ਕਰੋ ਤੁਸੀਂ ਆਪਣੀ ਨਿਸ਼ਾਨਦੇਹੀ ਸਾਨੂੰ ਕਰਵਾ ਕੇ ਦਿਓ ਖੈਰ ਜਿਹੜੀ ਪੰਚਾਇਤ ਆ ਪੰਚਾਇਤ ਦੇ ਵੱਲੋਂ ਹੁਣ ਨਿਸ਼ਾਨਦੇਹੀ ਦੀ ਜਿਹੜੀ ਉਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਆ ਹੁਣ ਆ ਜਾਈਏ ਉਸ ਵਿਅਕਤੀ ਵਿਸ਼ੇਸ਼ ਦੇ ਉੱਤੇ ਜਿਹਦੇ ਵੱਲੋਂ ਇਹ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਜਾ ਰਿਹਾ ਜਾਂ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ETO ਸਾਹਿਬ ਜਿਹੜੇ ਆ ਉਹ ਉਹਨਾਂ ਨੂੰ ਅਸੀਂ ਡਿਮਾਂਡ ਦਿੱਤੀ ਆ ਇੰਨੇ ਪਿੰਡਾਂ ਨੇ ਡਿਮਾਂਡ ਦਿੱਤੀ ਆ ਜੇ ਹੈ ਉਹ ਹੈ ਰੋਜ਼ ਕਈ ਕੁਛ ਲਿਖੀ ਜਾਂਦੇ ਨੇ ਮੈਂ ਸ਼੍ਰੀਮਾਨ ਜੀ ਹੁਣਾਂ ਦੇ ਧਿਆਨ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਉਹ ਲਿਆਉਣਾ ਚਾਹੁੰਦਾ ਹਾਂ ਵੀ ਸ਼੍ਰੀਮਾਨ ਜੀ ਅਸੀਂ 2013 ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਾਂ ਅਤੇ ਤੁਸੀਂ ਇਲੈਕਸ਼ਨ ਤੋਂ ਠੀਕ 3 ਦਿਨ ਪਹਿਲਾਂ ਤੁਹਾਡੇ ਘਰ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਡੈਨੀ ਉਸ ਵੇਲੇ ਦੇ ਹਲਕਾ ਵਿਧਾਇਕ ਜਿਹੜੇ ਉਹ ਪ੍ਰੋਗਰਾਮ ਕਰਦੇ ਆ ਉਸ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਡੇ ਵੱਲੋਂ ਜਿਹੜਾ ਪਿੰਡ ਦੇ ਵਿੱਚ ਜਿਹੜਾ ਉਹ ਉਹ ਤੋਂ ਪਹਿਲਾਂ ਵੀ ਪ੍ਰਚਾਰ ਕੀਤਾ ਜਾਂਦਾ ਕਾਂਗਰਸ ਪਾਰਟੀ ਨੂੰ ਲੈ ਕੇ ਅਤੇ ਆਪਣਾ ਚਲੋ ਤੁਹਾਡਾ ਅਧਿਕਾਰ ਆ ਤੁਸੀਂ ਕਰ ਸਕਦੇ ਹੋ ਉਹ ਕੋਈ ਮੈਂ ਉਹ 'ਤੇ ਕਿੰਤੂ ਨਹੀਂ ਕਰਦਾ ਪਰ ਉਹਦੇ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੱਤਾ ਵੀ ਅਸੀਂ ਕਦੋਂ ਦੇ ਇਸ ਚੀਜ਼ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਕਿਹੜੇ ਕਿਹੜੇ ਡਾਕੂਮੈਂਟ ਦੀ ਅਸੀਂ ਤਿਆਰੀ ਕੀਤੀ ਆ ਜਾਂ ਕਿਹੜੇ ਕਿਹੜੇ ਰੈਜੂਲੇਸ਼ਨ ਜਿਹੜੇ ਪਾਏ ਇਹ ਤੋਂ ਪਹਿਲਾਂ ਵੀ 2 ਰੈਜੂਲੇਸ਼ਨ ਜਿਹੜੇ ਉਹ ਪੈ ਕੇ ਜਾ ਚੁੱਕੇ ਆ ਸ਼੍ਰੀਮਾਨ ਜੀ ਇਹ ਤੋਂ ਪਹਿਲਾਂ ਦੂਜੀ ਗੱਲ ਇਹ ਹੈ ਕਿ ਸ਼੍ਰੀਮਾਨ ਜੀ ਤੁਸੀਂ ਪਾਰਟੀ ਦੇ ਵਿੱਚ ਆਏ ਹੋ ਮੇਰੇ ਖਿਆਲ ਨਾਲ ਕੁਛ ਮਹੀਨੇ ਪਹਿਲਾਂ ਦੋ ਕੁ ਮਹੀਨੇ ਪਹਿਲਾਂ ਤੁਸੀਂ ਪਾਰਟੀ ਦੇ ਵਿੱਚ ਆਏ ਅਤੇ ਮੈਂ ਇੱਕ ਕੱਲ੍ਹ ਸ਼ਾਮੀ ਪੋਸਟ ਪਾਈ ਸੀ ਕਿ ਕੱਲ੍ਹ ਦੀ ਭੂਤ ਨਹੀਂ ਅਤੇ ਸਿਵਿਆਂ ਚੱਦ ਉਹ ਵਾਲੀ ਗੱਲ ਹੋ ਗਈ ਆ ਤੁਹਾਡੀ ਖੈਰ ਸਿਆਸੀ ਮਤਭੇਦ ਜਿਹੜੇ ਆ ਉੱਥੋਂ ਮੈਂ ਉਸ ਚੀਜ਼ ਤੋਂ ਮੈਂ ਮੁਨਕਰ ਵੀ ਨਹੀਂ ਆਉਂਦਾ ਕਿਉਂਕਿ ਜੇ ਮੇਰੇ ਇਸ ਵੇਲੇ ਸਰਦਾਰ ETO ਹਰਭਜਨ ਸਿੰਘ ETO ਦੇ ਨਾਲ ਮਤਭੇਦ ਨੇ ਅਤੇ ਮੇਰੇ ਕਿਸੇ ਨਿੱਜੀ ਕੰਮ ਨੂੰ ਲੈ ਕੇ ਜਾਂ ਮੇਰੇ ਕਿਸੇ ਹੋਰ ਕੰਮ ਨੂੰ ਲੈ ਕੇ ਨਹੀਂ ਮੇਰੇ ਇੱਕ ਲੋਕ ਹਿੱਤ ਦੇ ਕਾਰਜ ਨੂੰ ਲੈ ਕੇ ਮੇਰੇ ਮਤਭੇਦ ਨੇ ਇਸ ਵੇਲੇ ਮੈਂ ਮੰਨਦਾ ਇਸ ਗੱਲ ਮੇਰੇ ਮਤਭੇਦ ਨੇ ਸਾਫ਼ ਹਵਾ ਸਾਫ਼ ਪਾਣੀ ਅਤੇ ਪਿੰਡ ਪੁੱਟਰ ਸਿਰੀਆਂ ਨੂੰ ਜਾਣ ਵਾਲੇ ਰਸਤੇ ਦੀ ਜਿਹੜੀ ਉਹ ਆਜ਼ਾਦੀ ਨੂੰ ਲੈ ਕੇ ਮਤਭੇਦ ਨੇ ਇਹਦੇ ਤੋਂ ਇਲਾਵਾ ਮੇਰਾ ਸਰਦਾਰ ETO ਦੇ ਨਾਲ ਕੋਈ ਮਤਭੇਦ ਨਹੀਂ ਅਤੇ ਉਹ ਪਬਲਿਕ ਦੇ ਕੰਮ ਆ ਉਹ ਜਨਤਕ ਸਰੋਕਾਰ ਆ ਉਹ ਮੇਰੇ ਨਿੱਜੀ ਨੇ ਖੈਰ ਉਹਦੇ ਤੋਂ ਅਲੱਗ ਤੁਸੀਂ ਜਦੋਂ ਇਹ ਪੋਸਟ ਪਾਈ ਆ ਕੱਲ੍ਹ ਮੈਂ ਪੋਸਟ 'ਤੇ ਆਵਾਂ ਫਿਰ ਉਸੇ ਵਿਸ਼ੇ ਦੇ ਉੱਤੇ ਆਵਾਂ ਵੀ ਤੁਹਾਡੀ ਪੋਸਟ ਜਿਹੜੀ ਪਈ ਆ ਜਾਂ ਪਿੰਡ ਦੇ ਇੱਕ ਦੋ ਹੋਰ ਜਿਹੜੇ ਮਤਲਬ ਜਿਹੜੇ ਬੰਦੇ ਆ ਉਹ ਐਵੇਂ ਅਫਵਾਹਾਂ ਉਡਾਈ ਜਾਂਦੇ ਰਹਿੰਦੇ ਆ ਵੀ ਅਸੀਂ ਜੀ ਇਹ ਬਿਜਲੀ ਘਰ ਜਿਹੜਾ ਉਹ ਲੱਗਣ ਨਹੀਂ ਦੇ ਰਿਹਾ ਲੱਗਣ ਨਹੀਂ ਦੇ ਰਿਹਾ ਆ ਕੰਡੀਸ਼ਨਾਂ ਦੇਖੀਆਂ ਨਾ ਇੱਦਾਂ ਦਾ ਰੈਜੂਲੇਸ਼ਨ ਕੱਢ ਕੇ ਦਿਖਾਓ ਪੂਰੇ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਸ਼ਾਇਦ ਹੀ ਆ ਕਿਸੇ ਪਿੰਡ ਨੇ ਇੱਦਾਂ ਦੀਆਂ ਕੰਡੀਸ਼ਨਾਂ ਜਾਂ ਇਸ ਤਰੀਕੇ ਦੇ ਨਾਲ ਆਪਣਾ ਰੈਜੂਲੇਸ਼ਨ ਪਾਇਆ ਹੋਵੇ ਆਪ ਭੇਜਿਆ ਹੀ ਉਹਨਾਂ ਨੇ ਬੋਰਡ ਵਾਲਿਆਂ ਨੇ ਵੀ ਇਸ ਤਰੀਕੇ ਨਾਲ ਰੈਜੂਲੇਸ਼ਨ ਪਾ ਕੇ ਭੇਜ ਦਿਓ ਆਦਰਸ਼ ਸਕੂਲ ਦੀ ਜ਼ਮੀਨ ਜਿਹੜੀ ਆ ਉਦੋਂ ਸਾਡੇ ਜਿਹੜੇ ਉਸ ਵੇਲੇ ਦੇ ਸਤਿਕਾਰਯੋਗ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੇ ਕੁਛ ਉਹਦੇ ਵਿੱਚ ਕੁਛ ਲਾਈਨਾਂ ਉਸ ਵੇਲੇ ਪਾਈਆਂ ਹੁੰਦੀਆਂ ਅਤੇ ਸਾਨੂੰ ਅੱਜ 'ਤੇ ਜਿਹੜੀਆਂ ਕੁਛ ਮੁਸ਼ਕਲਾਂ ਆਉਂਦੀਆਂ ਉੱਥੇ ਉਹ ਨਾ ਆਉਂਦੀਆਂ ਖੈਰ ਜੇਕਰ ਅਸੀਂ ਸਾਡੀ ਟੀਮ ਜਾਗਰੂਕ ਆ ਸਾਡੀ ਟੀਮ ਅਵੇਅਰ ਆ ਕਿਉਂਕਿ ਅਸੀਂ ਬਹੁਤ ਕੁਛ ਜਿਹੜਾ ਉਹ ਦੇਖਦੇ ਹਾਂ ਅਸੀਂ ਇਹ ਚੀਜ਼ ਦੇਖੀ ਵੀ ਜਿਹੜੀ ਸਕੀਮ RDSS ਸਕੀਮ ਦੇ ਵਿੱਚ ਜਿਹੜਾ ਉਹ ਸਾਡੇ ਪਿੰਡ ਨੂੰ ਜੇਕਰ ਕੰਡੀਸ਼ਨਾਂ ਦੇ ਉੱਤੇ ਸਾਡਾ ਬਿਜਲੀ ਘਰ ਲਾਇਆ ਜਾਂਦਾ ਤਾਂ ਇਹਦੇ ਸੰਬੰਧੀ ਜਿਹੜਾ ਉਹ ਅਸੀਂ ਦੁਬਾਰਾ ਫਿਰ ਮੀਟਿੰਗ ਜਿਹੜੀ ਉਹ ਸੱਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਸਰਪੰਚ ਸਾਹਿਬ ਦੇ ਵੱਲੋਂ ਜਾਂ ਜਿਹੜੀ ਸਾਡੇ ਜਿੰਨੇ ਵੀ ਮੈਂਬਰ ਪੰਚਾਇਤਾਂ ਦੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਮੇਰੇ ਵੱਲੋਂ ਦੱਸਿਆ ਗਿਆ ਵੀ ਆਹ ਵਾਲੀਆਂ ਕੰਡੀਸ਼ਨਾਂ ਦੇ ਅਧੀਨ ਸਾਡਾ ਜਿਹੜਾ ਬਿਜਲੀ ਘਰ ਲੱਗ ਰਿਹਾ ਇਹਨਾਂ ਦਾ ਕੀ ਕਰਨਾ ਫਿਰ
ਉਹਨਾਂ ਨੇ ਫਿਰ ਅਸੀਂ ਸਾਰਿਆਂ ਨੇ ਉਸ ਚੀਜ਼ ਦੇ ਜਿਹੜੇ ਆ ਉਹ ਫਿਊਚਰ ਦੇ ਵਿੱਚ ਸੋਚ ਕੇ ਵੀ ਅੱਗੇ ਕੀ ਹੱਲ ਕੱਢਣੇ ਆ ਉਹ ਸਾਰਾ ਮਾਸਟਰ ਪਲਾਨ ਬਣਾਉਣ ਤੋਂ ਬਾਅਦ ਅਸੀਂ ਇਹ ਰੈਗੂਲੇਸ਼ਨ ਦੁਬਾਰਾ ਪਾ ਕੇ ਬੋਰਡ ਨੂੰ ਦਿੱਤਾ। ਅਤੇ ਜੇ ਤੁਸੀਂ ਜਾਣਕਾਰੀ ਜੇ ਨਹੀਂ ਹੈਗੀ ਨਾ ਤਾਂ ਸਾਰਾ ਕੁਛ ਇੰਟਰਨੈੱਟ 'ਤੇ ਅਵੇਲੇਬਲ ਆ। ਇੰਟਰਨੈੱਟ 'ਤੇ ਜ਼ਰੂਰੀ ਨਹੀਂ ਵੀ ਤੁਸੀਂ ਕਿਸੇ ਦੀਆਂ ਮਤਲਬ ਜਿਹੜੀਆਂ ਜਿਹੜੇ ਕਿਸੇ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਜਾਂ ਚੈਟ ਬੈਟ ਹੀ ਇਕੱਲੇ ਕਰਦੇ ਰਹੋ। ਬਹੁਤ ਕੁਛ ਅਵੇਲੇਬਲ ਇੱਥੋਂ ਸਿੱਖਣਾ ਹੋਵੇ, ਮੈਂ ਵੀ ਸਾਰਾ ਕੁਝ ਇੱਥੋਂ ਹੀ ਸਿੱਖਦਾ। ਸੋ ਉਹਨੂੰ ਪੜ੍ਹ ਲਓ, RDSS ਸਕੀਮ ਕੀ ਹੈਗੀ, ਉਹਦੇ ਵਿੱਚ ਕੀ ਕੰਡੀਸ਼ਨਾਂ ਹੈਗੀਆਂ, ਤੁਸੀਂ ਪੜ੍ਹ ਲਿਓ। ਉਹਨਾਂ ਦਾ ਫਿਊਚਰ ਦੇ ਵਿੱਚ ਅਸੀਂ ਕੀ ਹੱਲ ਕੱਢਣਾ ਵਾ, ਕੀ ਕਰਨਾ ਵਾ, ਉਹ ਵੀ ਅਸੀਂ ਸੋਚਿਆ। ਖੈਰ ਜੇਕਰ ਗੌਰਮੈਂਟ ਸਾਨੂੰ ਜਿਹੜਾ ਕੰਡੀਸ਼ਨਾਂ ਲਾ ਕੇ ਸਾਨੂੰ ਦੇ ਸਕਦੀ ਆ ਬਿਜਲੀ ਘਰ, ਤਾਂ ਸਾਨੂੰ ਆਪਣੀਆਂ ਕੰਡੀਸ਼ਨਾਂ ਲਾਉਂਦਿਆਂ ਨੂੰ ਕੀ ਆ, ਅਤੇ ਲਾਈਆਂ ਵਾ ਅਤੇ ਇਹਨਾਂ ਨੂੰ ਸਾਰੀਆਂ ਨੂੰ ਐਕਸੈਪਟ ਵੀ ਕਰ ਰਿਹਾ। ਜਿੰਨੀਆਂ ਵੀ ਤਾਰਾਂ ਵਾ ਉਹ ਬਦਲਣ ਦੀ ਗੱਲ ਕੀਤੀ ਗਈ ਆ, ਜੋ ਮੈਂ ਦੱਸ ਦਿੱਤਾ ਪੜ੍ਹ ਕੇ ਤੁਹਾਨੂੰ। ਖੈਰ ਹੁਣ ਆ ਜਾਈਏ ਫਿਰ ਉਸੇ ਮੁੱਦੇ ਦੇ ਉੱਤੇ ਕਿ ETO ਦੇ ਵਿਧਾਇਕ ਬਣਨ ਤੋਂ ਪਹਿਲਾਂ ਅਤੇ ਬਾਅਦ ਤੱਕ, ਪਹਿਲਾਂ ਜਦੋਂ ETO ਦਾ ਪ੍ਰਚਾਰ ਪਿੰਡ ਦੇ ਵਿੱਚ ਸਾਡੀ ਟੀਮ ਕਰਦੀ ਸੀ, ਉਸ ਵੇਲੇ ਤਾਂ ਸ਼੍ਰੀਮਾਨ ਜੀ ਤੁਸੀਂ ਇਹ ਕਹਿੰਦੇ ਸੀ ਵੀ ਤੁਸੀਂ ਪਿੰਡ 'ਚ ਨਾਅਰੇ ਕਿੱਦਾਂ ਲਾਉਂਦੇ ਹੋ, ਤੁਹਾਡੇ ਘਰ ਦਾ ਇੱਕ ਮੈਂਬਰ ਕਹਿੰਦਾ ਵੀ ਸਾਡੀ ਤਾਂ ਡੈਨੀ ਦੇ ਨਾਲ ਰਿਸ਼ਤੇਦਾਰੀ ਆ ਜੀ, ਬਹੁਤ ਨੇੜੇ ਦੀਆਂ ਰਿਸ਼ਤੇਦਾਰੀਆਂ ਦੱਸੀਆਂ ਜਾਂਦੀਆਂ ਸੀ। ਉਸ ਵੇਲੇ ਤੁਹਾਨੂੰ ETO ਸਾਹਿਬ ਨੇ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ, ਅਤੇ ਉਸ ਵੇਲੇ ਤੁਸੀਂ ਕਹਿਤਾ ਜੀ ਮੇਰੇ ਫਲਾਣਾ ਨਹੀਂ ਮੰਨਦਾ ਜੀ, ਢਮਕਾਣਾ ਨਹੀਂ ਮੰਨਦਾ, ਮੈਂ ਆ ਨਹੀਂ ਸਕਦਾ, ਕਿਉਂਕਿ ਉਦੋਂ ਤੁਹਾਨੂੰ ਤੁਸੀਂ ਉਦੋਂ ਸੱਤਾ ਦੇ ਵਿੱਚ ਸੀ, ਤੁਹਾਨੂੰ ਐਂ ਲੱਗਦਾ ਸੀ ਵੀ ਜਿੱਦਾਂ ਸਦਾ ਤੁਹਾਡਾ ਹੀ ਰਾਜ ਰਹਿਣਾ। ਖੈਰ ਪਲਟਾ ਵੱਜਾ ਅਤੇ ਸਾਡਾ ਰਾਜ ਆ ਗਿਆ, ਸ਼੍ਰੀਮਾਨ ਜੀ ਸਾਡਾ ਰਾਜ ਆਇਆ, ਸਾਡੇ ਝਾੜੂ ਦਾ ਰਾਜ ਆਇਆ, ਉਸ ਝਾੜੂ ਦਾ ਰਾਜ ਆਇਆ ਜਿਹੜੇ ਝਾੜੂ ਨੂੰ ਤੁਸੀਂ ਲੋਕ ਮਜ਼ਾਕ ਕਰਦੇ ਰਹੇ ਸਨ, ਝਾੜੂ ਵਾਲੇ ਕਹਿੰਦੇ ਰਹੇ, ਅਤੇ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਗਾਣਾ ਕੱਢਦੇ ਰਹੇ, ਅਤੇ ਬਾਅਦ 'ਚ ਜਦੋਂ ਵੇਖਿਆ ਵੀ ਕੁਛ ਊਣ ਤਾਈਆਂ ਨੇ ਤੁਹਾਡੇ ਵਿੱਚ, ਜਾਂ ਇੱਕ ਆਦਤ ਬਣ ਚੁੱਕੀ ਸੀ ਤੁਹਾਡੀ ਵੀ ਹਰ, ਕਿਉਂਕਿ ਜਿਹੜੇ ਬਗਾਨਿਆਂ ਦੇ ਸਿਰ ਦੇ ਉੱਤੇ ਜਿਹੜੇ ਲੀਡਰੀਆਂ ਕਰਨ ਵਾਲੇ ਲੋਕ ਆ ਨਾ, ਉਹਦੀ ਉਹ ਆਦਤ ਬਣ ਜਾਂਦੀ ਹੈ, ਤੁਹਾਡੀ ਆਦਤ ਬਣ ਗਈ ਸੀ ਕਿ ਹਰ ਕੰਮ ਲਈ ਤੁਹਾਨੂੰ MLA ਦੀ ਜ਼ਰੂਰਤ ਪੈਂਦੀ ਹੈ। MLA ਸਾਹਿਬ ਇੱਥੇ ਫੋਨ ਕਰ ਦਿਓ, MLA ਸਾਹਿਬ ਉੱਥੇ ਫੋਨ ਕਰ ਦਿਓ, ਕਿਉਂਕਿ ਖੁਦ ਦਾ ਤਾਂ ਵਜੂਦ ਮੇਰੇ ਖਿਆਲ ਨਾਲ ਤੁਹਾਡਾ ਕੋਈ ਬਾਹਲਾ ਕੋਈ ਬੈਟਰ ਨਹੀਂ ਸੀ ਹੈਗਾ। ਖੈਰ ਤੁਸੀਂ ਲੋਕ ਜਿਹੜੇ ਆ ਉਹਦੇ ਤੋਂ ਬਾਅਦ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਹੋ, ਆ ਕੁਛ ਦਿਨ ਪਹਿਲਾਂ ਤੁਸੀਂ ਲੋਕ ਪਹਿਲਾਂ ਡੈਨੀ ਜਿੰਦਾਬਾਦ ਦੇ ਨਾਰੇ ਜਿਹੜੇ ਆ ਉਹ ਫੇਸਬੁੱਕ ਦੇ ਉੱਤੇ ਤੁਹਾਡੀਆਂ ਜਿਹੜੀਆਂ ਕੰਧਾਂ ਜਿਹੜੀਆਂ ਉਹ ਸਾਰੀਆਂ ਭਰੀਆਂ, ਤੁਹਾਡੇ ਘਰ ਦੇ ਗਾੜੀ ਬੁਰਜੀ ਵੀ ਵੱਡੀ ਜਿਹੜੀ ਆ ਉਹ ਜਿਹੜੀ ਉਸ ਵੇਲੇ ਜਿਹੜੀ ਆ ਉਹ ਉਹਨਾਂ ਸ਼੍ਰੀਮਾਨ ਜੀ ਦੀ ਲੱਗੀ ਆ, ਜਿਹਦੇ 'ਤੇ ਮੋਟਾ ਮੋਟਾ ਕਰਕੇ ਲਿਖਿਆ ਹੈਗਾ ਹਲਕਾ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਡੈਨੀ, ਤੁਹਾਡੇ ਦੇ ਬੂਹੇ ਦੇ ਗਾੜੀ ਲਿਖਿਆ। ਜਦੋਂ ਪਤਾ ਲੱਗਾ ਵੀ ਹੁਣ ਤਾਂ ਭਾਈ ਦਾਲ ਨਹੀਂ ਗਲਦੀ ਪਈ, ਹੁਣ ਤਾਂ ਲੀਡਰੀ ਕਰਨੀ ਔਖੀ ਹੋ ਗਈ, ਅਤੇ ਬਾਅਦ 'ਚ ਤੁਸੀਂ ਪਲਟਾ ਮਾਰ ਗਏ, ਅਤੇ ਜਦੋਂ ਪਲਟਾ ਮਾਰ ਲਿਆ ਤੁਸੀਂ ਲੋਕਾਂ ਨੇ, ਅਤੇ ਉਹ ਤੋਂ ਬਾਅਦ ਆ ਤੁਸੀਂ ਜਿਹੜੇ ਹੱਥਾਂ ਨਾਲ ਜਿਹੜੇ ਮੋਬਾਈਲ ਦੇ ਉੱਤੇ ਡੈਨੀ ਜਿੰਦਾਬਾਦ ਆ, GTO ਜਿੰਦਾਬਾਦ, ਹਰਭਜਨ ਸਿੰਘ ਜਿੰਦਾਬਾਦ, ETO ਜਿੰਦਾਬਾਦ, ਥੋੜ੍ਹਾ ਬਹੁਤ ਸਟੈਂਡ ਰੱਖੋ। ਮੈਂ ਤੁਹਾਡੇ ਰਾਜ ਦੇ ਵਿੱਚ ਹੀ ਆਪਣੀ ਪੰਚਾਇਤ ਜਿਹੜੀ ਗ੍ਰਾਮ ਪੰਚਾਇਤ ਧਰਦਿਓ ਦੀ ਯੋਗ ਕੰਸਲਟੈਂਸੀ ਦੇ ਕੇ ਅਤੇ ਤੁਹਾਡੇ ਨਾਲ ਦੂਣੇ ਚੌਣੇ ਪੈਸੇ ਮੇਰੇ ਖਿਆਲ ਨਾਲ ਪਿੰਡ ਦੇ ਵਿੱਚ ਅਸੀਂ ਲਾ ਚੁੱਕੇ ਹਾਂ। ਅਤੇ ਸ਼੍ਰੀਮਾਨ ਜੀ ਤੁਸੀਂ ਇਹ ਵੀ ਦੇਖੋ ਕਿ ਕਿਸ ਤਰੀਕੇ ਦੇ ਨਾਲ, ਕੰਪੇਅਰ ਕਰਕੇ ਦੇਖ ਲਓ ਕਿਸ ਤਰੀਕੇ ਦੇ ਨਾਲ ਵਿਕਾਸ ਹੋਇਆ ਪਿੰਡ ਦੇ ਵਿੱਚ। ਮੈਂ ਕਿੰਤੂ ਨਹੀਂ ਕਰਦਾ, ਤੁਹਾਡੇ ਕੰਮਾਂ 'ਤੇ ਵੀ ਕਿੰਤੂ ਨਹੀਂ ਕਰਦਾ, ਪਰ ਕੰਪੇਅਰ ਕਰਕੇ ਦੇਖਿਓ। ਅਸਲ ਦੇ ਵਿੱਚ ਆਦਤ ਬਣ ਚੁੱਕੀ ਆ ਵੀ ਆਪਾਂ
ਦੂਸਰੇ ਦੀ ਤਾਕਤ 'ਤੇ ਅਜੀ ਹੋ ਚੁੱਕੇ ਹਾਂ ਤੁਸੀਂ ਲੋਕ। ਅਤੇ ਦਾਸ ਮਨਦੀਪ ਸਿੰਘ ਪਹਿਲਾਂ ਵੀ ਬਰਿਆਈ ਦੇ ਖਿਲਾਫ ਬੋਲਦਾ ਸੀ ਅਤੇ ਮਨਦੀਪ ਸਿੰਘ ਅੱਜ ਵੀ ਜਿੱਥੇ ਸਾਡੀ ਪਾਰਟੀ ਗਲਤ ਹੋਏਗੀ ਮਨਦੀਪ ਬੋਲਦਾ, ਜਿੱਥੇ ਗਲਤ ਹੋਏਗੀ, ਜਿੱਥੇ ਸਹੀ ਹੋ ਗਈ ਉੱਥੇ ਸਹੀ ਕਵਾਂਗੇ, ਜਿੱਥੇ ਸਹੀ ਹੋ ਸਹੀ ਕਹਿੰਦੇ ਹਾਂ ਅਤੇ ਜਿੱਥੇ ਗਲਤ ਹੁੰਦੇ ਜੇ ਸ਼ਰੇਆਮ ਗਲਤ ਲਿਖਦਾ ਵਾਂ। ਕਿਉਂਕਿ ਮੈਂ ਅਸਲ ਦੇ ਵਿੱਚ ਕਿਸੇ ਦੀ ਭੇਡ ਜਿਹੜਾ ਵਾ ਉਹ ਨਹੀਂ ਹੈਗਾ, ਮੇਰਾ ਆਪਣਾ ਵੀ ਵਜੂਦ ਆ। ਕਿਉਂਕਿ ਮੈਂ ਕਿਸੇ ਲੀਡਰ ਦਾ ਬਣਾਇਆ ਨਹੀਂ, ਮੈਂ ਡਿੰਪੇ ਦਾ ਬਣਾਇਆ ਨਹੀਂ, ਮੈਂ ਡੈਨੀ ਦਾ ਬਣਾਇਆ ਨਹੀਂ, ਜਾਂ ਮੈਂ ਕਿਸੇ ਅਕਾਲੀ ਦਲ ਦੇ ਬੰਦੇ ਦਾ ਬਣਾਇਆ ਨਹੀਂ, ਮੈਂ ਆਪਣੇ ਲੋਕਾਂ ਦੇ ਸਿਰ 'ਤੇ ਬਣਿਆ, ਜੋ ਵੀ ਆਪਣੇ ਕੰਮਾਂ ਦੇ ਸਿਰ ਦੇ ਉੱਤੇ। ਜੇ ਅੱਜ ਬਤੌਰ ਫਾਰਮਰ ਮੇਰੀ ਹੋਂਦ ਆ ਅਤੇ ਅੱਜ ਜੋ ਅਚੀਵਮੈਂਟ ਜਿਹੜੀ ਆ ਮੇਰੀ ਫਾਰਮ ਨੂੰ ਲੈ ਕੇ ਮੇਰੀ ਫੈਮਿਲੀ ਦੇ ਨਾਲ ਜਾਂ ਮੇਰੇ ਤੌਰ 'ਤੇ ਹੈਗੀ ਆ, ਤਾਂ ਉਹ ਸਾਡੀ ਆਪਣੀ ਹੈ। ਅਤੇ ਸਿਆਸੀ ਜਿਹੜਾ ਕੈਰੀਅਰ ਆ ਉਹ ਵੀ ਸਾਡਾ ਆਪਣਾ ਬਣਾਇਆ ਹੋਇਆ, ਉਹਨਾਂ ਦਿਨਾਂ ਦਾ ਬਣਾਇਆ ਹੋਇਆ ਜਿਨ੍ਹਾਂ ਦਿਨਾਂ ਦੇ ਵਿੱਚ ਤਾਂ ਸ਼ਰੇਆਮ ਤੁਹਾਡੇ ਵਿਧਾਇਕ ਸਾਹਿਬ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਵੀ ਜਿਹੜਾ ਪਿੰਡ ਦੇ ਵਿੱਚ ਇੱਕ ਫਲਾਣਾ ਸਿੰਘ ਹੋਣਾ ਚਾਹੀਦਾ ਅਤੇ ਇੱਕ ਰਾਣਾ ਸਿੰਘ ਹੋਣਾ ਚਾਹੀਦਾ, ਤੀਸਰੇ ਨੂੰ ਤਾਂ ਮੈਂ ਕਿਸੇ ਨੂੰ ਮੰਨਦਾ ਹੀ ਨਹੀਂ। ਖੈਰ ਗੱਲਾਂ ਤਾਂ ਹੋਰ ਵੀ ਬਹੁਤ ਨੇ, ਪਰ ਇੱਕ ਚੀਜ਼ ਆ ਵੀ ਬੇਨਤੀ ਹੈ ਵੀ ਜਦੋਂ ਤੁਸੀਂ ਕੋਈ ਦਲ ਬਦਲਦੇ ਹੋ ਨਾ ਤਾਂ ਥੋੜ੍ਹਾ ਜਿਹਾ ਸੋਚਿਆ ਕਰੋ ਵੀ ਅਸੀਂ ਇਹੀ ETO ਆ ਜਿਹਦੀ ਪਿਛਲੀ ਵਾਰੀ ਅਸੀਂ ਮੁਖਾਲਫਤ ਕੀਤੀ ਅਤੇ ਐਤਕੀ ਵੀ ਇਲੈਕਸ਼ਨ ਦੇ ਵਿੱਚ ਮੁਖਾਲਫਤ ਕੀਤੀ, ਜਿਹੜੇ ਬੰਦੇ ਨੇ ਤੁਹਾਨੂੰ ਸ਼ਾਮਿਲ ਕਰਵਾਇਆ, ਜਿਹੜਾ ਖੱਬਿਆਂ ਦਾ ਬੰਦਾ ਜਿਹਨੇ ਤੁਹਾਨੂੰ ਸ਼ਾਮਿਲ ਕਰਵਾਇਆ, ਜਿਹਦੇ ਜਿਹੜੀਆਂ ਤੁਹਾਡੀਆਂ ਰਲੀਆਂ ਚੁੱਕਦੀਆਂ, ਉਸ ਬੰਦੇ ਨੂੰ ਇਲੈਕਸ਼ਨ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਫੋਨ ਕੀਤਾ ਵੀ ਫਲਾਣਾ ਸਿੰਘ ਦਾ ਘਰ ਆ ਅਤੇ ਤੁਹਾਡਾ ਫਲਾਣਾ ਜਿਹੜਾ ਪਿੰਡ ਦੇ ਵਿੱਚ ਆਪਣਾ ਤੁਹਾਡਾ ਜਿਹੜਾ ਬੜਾ ਤੁਸੀਂ ਖਾਸਮ ਖਾਸ ਮੰਨਦੇ ਹੋ ਉਹ ਬੰਦਾ ਵੋਟਾਂ ਖਰਾਬ ਕਰ ਰਿਹਾ ETO ਦੀਆਂ। ਮੈਂ ਘਰ ਤੱਕ ਦੱਸਿਆ। ਚਲੋ ਖੈਰ ਪਾਰਟੀਆਂ ਦੇ ਵਿੱਚ ਜਿਹੜਾ ਆਉਣਾ ਜਾਣਾ ਜਾਂ ਸ਼ਾਮਿਲ ਹੋਣਾ ਉਹ ਕੋਈ ਮਾੜੀ ਗੱਲ ਨਹੀਂ ਆ, ਮੈਂ ਤੁਹਾਡੇ 'ਤੇ ਕਿੰਤੂ ਨਹੀਂ ਕਰਦਾ, ਪਰ ਯਾਰ ਥੋੜ੍ਹਾ ਜਿਹਾ ਸੋਚਿਆ ਕਰੋ ਵੀ ਅਸੀਂ ਕਰ ਕੀ ਰਹੇ ਹਾਂ। ਲੋਕ ਪਹਿਲਾਂ ਵਾਲੇ ਨਹੀਂ ਰਹਿ ਗਏ, ਹੁਣ ਲੋਕ ਬਹੁਤ ਜਾਗਰੂਕ ਹੋ ਚੁੱਕੇ, ਲੋਕ ਬਹੁਤ ਸਿਆਣੇ ਹੋ ਚੁੱਕੇ ਆ। ਤਾਂ ਕਰਕੇ ਸ਼੍ਰੀਮਾਨ ਜੀ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ, ਕਿਉਂਕਿ ਪਿੱਛੇ ਜਿਹੇ ਵੀ ਤੁਸੀਂ ਇੱਕ ਪਾਈ ਸੀ ਇਹਦੀ ਆਪਣੇ ਦੀ ਪਿੰਡ ਦੇ ਵਿੱਚ ਪਸ਼ੂ ਡਿਸਪੈਂਸਰੀ ਦੀ, ਵੀ ਇਹ ਪਸ਼ੂ ਡਿਸਪੈਂਸਰੀ ਮਤਲਬ ਵੀ ਬਣਾਉਣ ਦੀ ਥਾਂ ਨਹੀਂ ਦੇ ਰਿਹਾ, ਅਤੇ ਉਹ ਵੀ ਮੈਂ ਤੁਹਾਡੀ ਬਾਅਦ 'ਚ ਪੋਸਟ ਪਾ ਕੇ ਤੁਹਾਨੂੰ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਕਲੀਅਰ ਕੀਤਾ ਸੀ ਕਿ ਪਸ਼ੂ ਡਿਸਪੈਂਸਰੀ ਦੀ ਨਵੀਂ ਦੇ ਪੈਸੇ ਦੱਸ ਰਹੇ ਨੇ ਸਰਪੰਚ ਸਾਹਿਬ ਤੁਹਾਨੂੰ ਵੀ ਸਰ ਇਹ ਨਹੀਂ ਬਣਾ ਰਿਹਾ ਵੀ ਪੰਚਾਇਤ ਜਿਹੜੀ ਆ ਉਹ ਥਾਂ ਨਹੀਂ ਦੇ ਰਹੀ। ਅਤੇ ਉਦੋਂ ਬਿਲਕੁਲ ਉਹ ਕਲੀਅਰ ਕੀਤਾ ਵੀ ਅਸੀਂ ਇਹ ਕਿਹਾ ਵੀ ਜਿਹੜੇ ਫੰਡ ਸਰਕਾਰ ਨੇ ਪਿੰਡ ਦੀ ਡਿਸਪੈਂਸਰੀ ਨੂੰ ਰਿਪੇਅਰ ਕਰਨ ਲਈ ਭੇਜੇ ਆ, ਪਹਿਲਾਂ ਇਹ ਦੱਸਿਆ ਜਾਵੇ ਵੀ ਉਹ ਪਸ਼ੂ ਡਿਸਪੈਂਸਰੀ ਕਿੱਥੇ। ਉਦੋਂ ਤਾਂ ਰਾਜ ਵੀ ਸ਼੍ਰੀਮਾਨ ਜੀ ਤੁਹਾਡਾ ਸੀ, ਤੁਹਾਡੇ ਰਾਜ ਦੇ ਵਿੱਚ ਇਹ ਇਸ਼ੂ 'ਚ ਉੱਠਿਆ ਸੀ। ਅੱਜ ਸਾਡੇ ਰਾਜ ਦੇ ਵਿੱਚ ਵੀ ਪਿੱਛੇ ਜੇ ਤੁਸੀਂ ਗੱਲ ਕੀਤੀ ਆ, ਮੈਂ ਜਵਾਬ ਦਿੱਤਾ ਤੁਹਾਨੂੰ, ਜਵਾਬ ਤੁਹਾਨੂੰ ਉਦੋਂ ਇਹੀ ਦਿੱਤਾ ਸੀ ਕਿ ਰਿਪੇਅਰ ਵਾਲੇ ਫੰਡ 8 ਲੱਖ ਦੇ ਵਿੱਚ ਜਿੱਦਾਂ ਦਾ ਉਹ ਇਨਫਰਾਸਟ੍ਰਕਚਰ ਦੱਸ ਰਹੇ ਆ, ਬਿਲਡਿੰਗ ਜਿੱਦਾਂ ਦੀ ਦੱਸ ਰਹੇ ਆ, ਉਹ ਬਿਲਡਿੰਗ 8 ਲੱਖ 'ਚ ਨਹੀਂ ਬਣੇਗੀ। ਇਹਦੇ ਲਈ ਵਾਪਸੀ ਪੰਚਾਇਤ ਨੇ ਰੈਜੂਲੇਸ਼ਨ ਪਾ ਕੇ ਭੇਜਿਆ ਕਿ ਜਿਹੜੇ ਜਿੰਨੇ ਤੁਸੀਂ ਫੰਡਸ ਸਾਨੂੰ ਦੇ ਰਹੇ ਹੋ ਉਹ ਰਿਪੇਅਰ ਲਈ ਦੇ ਰਹੇ ਹੋ, ਸਾਨੂੰ ਨਵੀਂ ਬਿਲਡਿੰਗ ਦੀ ਦਿਓ, ਅਸੀਂ ਪੰਚਾਇਤ ਵੱਲੋਂ ਇਹ ਬਿਲਡਿੰਗ ਬਣਾਉਣ ਲਈ ਰਾਜ਼ੀ ਹਾਂ। ਖੈਰ ਕੋਈ ਵੀ ਇਸ਼ੂ ਹੁੰਦਾ ਤਾਂ ਪਹਿਲਾਂ ਕਲੀਅਰ ਕਰਿਆ ਕਰੋ ਪੰਚਾਇਤ ਕੋਲੋਂ, ਕਿਉਂਕਿ ਗ੍ਰਾਮ ਪੰਚਾਇਤ ਧਰਦਿਓ ਦੇ ਕੋਲ ਸ਼੍ਰੀਮਤੀ ਕਵਲਜੀਤ ਕੌਰ ਸੋਨੀ ਜਿਹੜੇ ਸਰਪੰਚ ਨੇ ਉਹਨਾਂ ਦੇ ਕੋਲ ਜਿਹੜਾ ਲੈਂਡ ਰਿਕਾਰਡ ਨੂੰ ਲੈ ਕੇ ਜਾਂ ਬਿਜਲੀ ਘਰ ਨੂੰ ਲੈ ਕੇ ਜੋ ਵੀ ਰਿਕਾਰਡ ਆ ਉਹਨਾਂ ਦੇ ਕੋਲ, ਉਸ ਪੰਚਾਇਤ ਨੂੰ ਤੁਸੀਂ ਪੁੱਛ ਲਿਆ ਕਰੋ, ਪੁੱਛਣ ਤੋਂ ਬਾਅਦ ਜੋ ਪੋਸਟ ਪਾਉਣੀ ਆ ਜੋ
ਤੁਸੀਂ ਕਿਸੇ ਦੀ ਖੱਲੀ ਉਡਾਉਣ ਦੀ ਕੋਸ਼ਿਸ਼ ਕਰਨੀ ਕਰੋ, ਸਾਡੀ ਵੱਲੋਂ ਕੋਈ ਤੁਹਾਨੂੰ ਨਾਂ ਨਹੀਂ ਹੈਗੀ, ਪਰ ਥੋੜ੍ਹਾ ਜਿਹਾ ਇਹ ਸੋਚਿਆ ਕਰੋ ਕਿ ਦਲ ਬਦਲ ਕੇ ਜਿਹੜੇ ETO ਜਿੰਦਾਬਾਦ ਕਰ ਰਹੇ ਹੋ, ਜਿਹੜੇ ਪਹਿਲਾਂ ਡੈਨੀ ਡੈਨੀ ਜਿੰਦਾਬਾਦ ਕਰਦੇ ਸੀ, ਅੱਜ ETO ਜਿੰਦਾਬਾਦ ਕਰ ਰਹੇ ਹੋ। ਅਤੇ ਇੱਕ ਚੀਜ਼ ਲਾਸਟ ਦੇ ਵਿੱਚ ਇਹ ਵੀ ਦੱਸਿਆ ਕਿ ਤੁਸੀਂ ਲੋਕਾਂ ਨੇ, ਲੀਡਰਾਂ ਨੇ, ਜਿਹੜੇ ਪਿੰਡਾਂ ਦੇ ਚੌਧਰੀ ਜਿੰਨੇ ਕੁ ਲਾਗੇ ਛਾਗੇ, ਹੋਰ ਵੀ ਮੈਂ ਦੇਖ ਰਿਹਾ, ਮੈਂ ਹੋਰ ਵੀ ਕਾਫੀ ਚੌਧਰੀ ਦੇਖ ਰਿਹਾ ਜਿਹੜੇ ਮਤਲਬ ਵੀ ਇਲੈਕਸ਼ਨ ਜਿੱਤਣ ਤੋਂ ਬਾਅਦਾਂ ਸ਼ਾਮਿਲ ਹੋਣ ਦਾ ਲਗਾਤਾਰ। ਵੈਰੀ ਗੁੱਡ, ਕੀਪ ਇਟ ਅਪ। ਇਹ ਤੁਹਾਨੂੰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਲੋਕਾਂ ਨੇ ਪਹਿਲਾਂ ਡੈਨੀ ਨੂੰ ਹਰਵਾਇਆ, ਅਤੇ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਜਿਹੜਾ ਵਾ ETO ਦੀ ਜਿਹੜਾ ਵੋਟ ਬੈਂਕ ਆ ਉਹਨੂੰ ਤੁਸੀਂ ਵੱਡਾ ਖੋਰਾ ਲਾ ਰਹੇ ਹੋ। ਭਾਵੇਂ ਇੱਕ ਵਿਅਕਤੀ ਵਿਸ਼ੇਸ਼ ਆ ਤੁਹਾਡਾ ਯਾਰ, ਅਤੇ ਭਾਵੇਂ ਤੁਸੀਂ ਲੋਕ ਹੋ, ਕਿਉਂਕਿ ਲੋਕ ਬੜੇ ਸਿਆਣੇ ਆ, ਲੋਕ ਬਹੁਤ ਸਿਆਣੇ ਆ। ਵੀਡੀਓ ਕਾਫੀ ਲੈਂਥੀ ਹੋ ਗਈ। ਮੈਂ ਆਪਣੇ ਨਿੱਜੀ ਅਕਾਊਂਟ 'ਤੇ ਜਿਹੜਾ ਮੇਰਾ, ਜਿਹਦੇ ਨਾਲ ਤੁਸੀਂ ਸਾਰੇ ਜਣੇ ਜੁੜੇ ਹੋ, ਲੋਕਲ ਲੋਕ ਮੇਰੇ ਇਲਾਕੇ ਦੇ, ਮੇਰੇ ਯਾਰ ਦੋਸਤ, ਮੇਰਾ ਆਪਣਾ ਨਿੱਜੀ ਪੇਜ ਜਿਹੜਾ ਵਾ ਫਾਰਮਰ ਮਨਦੀਪ ਧਰਦੇ ਵਾਲਾ, ਉਹਦੇ 'ਤੇ ਮੈਂ ਪੋਸਟ ਪਾ ਰਿਹਾ, ਕਿਉਂਕਿ ਜਿਹੜਾ ਬੜਾ ਇਹਨਾਂ ਲੋਕਾਂ ਨੇ ਮਤਲਬ ਕਿ ਆ ਜਿਹੜਾ ਚਾਹੇ ਆ ਪੁਲ ਨੂੰ ਲੈ ਕੇ, ਆ ਪੁਲ ਜਿਹੜਾ ਬਣਦਾ ਪਿਆ ਸੀ ਚੰਗਾ ਭਲਾ, ਪੰਚਾਇਤ ਨੇ ਉੱਥੇ ਇੱਟਾਂ ਵੀ ਸੁੱਟਤੀਆਂ, ਉੱਥੇ ਸੀਮਿੰਟ ਵੀ ਸੁੱਟਤਾ, ਉੱਥੇ ਰੇਤਾ ਵੀ ਸੁੱਟਤੀ, ਉੱਥੇ ਜਿਹੜਾ ਨੀਹਾਂ ਵੀ ਪੱਟੀਆਂ ਗਈਆਂ, ਉੱਥੇ ਜਿਹੜਾ ਵਾ ਉੱਥੇ ਤੁਸੀਂ ਰੋਕ ਲਵਾ ਦਿੱਤੀ। ਖੈਰ ਕੰਮ ਨਹੀਂ ਰੁਕਦੇ ਹੁੰਦੇ, ਕੰਮ ਹੋਣਗੇ। ਅਤੇ ਮੈਂ ਇਹੀ ਬੇਨਤੀ ਕਰਦਾ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੇ ਪਹਿਲਾਂ ਡੈਨੀ ਦਾ ਬੇੜਾ ਗਰਕ ਕੀਤਾ, ਇਸੇ ਤਰੀਕੇ ਦੇ ਨਾਲ ਇਸ ਪਾਰਟੀ ਦੇ ਵਿੱਚ ਆ ਕੇ ਤੁਸੀਂ ਸਰਦਾਰ ਹਰਭਜਨ ਸਿੰਘ ETO ਦਾ ਜਿਹੜਾ ਵਾ ਉਹਦੇ ਵੋਟ ਬੈਂਕ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਖਰਾਬ ਕਰ ਰਹੇ ਹੋ, ਕਿਉਂਕਿ ਬਾਹਲਾ ਕੋਈ ਵਧੀਆ ਮੈਸੇਜ ਨਹੀਂ ਜਾਂਦਾ ਤੁਹਾਡਾ, ਕਿਉਂਕਿ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਹੀ ਰਹਿਣਾ। ਬਾਕੀ ਵੀਡੀਓ ਕਾਫੀ ਲੈਂਥੀ ਹੋ ਗਈ ਆ, ਮੇਰੇ ਖਿਆਲ ਨਾਲ ਪਿੰਡ ਵਾਲੇ ਸਾਰੇ ਜਿਹੜੇ ਆ ਉਹਨਾਂ ਨੂੰ ਕਾਫੀ ਗੱਲਾਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਹੋਣਗੀਆਂ ਰੈਜੂਲੇਸ਼ਨ ਦੇ ਸੰਬੰਧੀ, ਅਤੇ ਜਿਹੜਾ ਲੇਟ ਲਤੀਫੀ ਦੱਸੀ ਆ ਰਹੀ ਆ ਉਹ ਲੇਟ ਲਤੀਫੀ ਦੇ ਸੰਬੰਧੀ ਵੀ ਜਿਹੜਾ ਵਾ ਉਹ ਸਾਰਿਆਂ ਨੂੰ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ। ਅਤੇ ਇਹ ਵੀ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਕਿ ਜਦੋਂ ਕੋਈ ਦਲ ਬਦਲ ਕੇ ਆਉਂਦਾ ਨਾ, ਜਦੋਂ ਧੋਖੇ ਦੇ ਨਾਲ ਲੋਕਾਂ ਨੂੰ ਇਕੱਠਿਆਂ ਕਰਕੇ, ਮੈਨੂੰ ਥੋੜ੍ਹਾ ਜਿਹਾ ਐਂਡ ਦੇ ਵਿੱਚ ਮੈਂ ਵੀ ਦੱਸ ਦਿਆਂ ਵੀ ਸ਼੍ਰੀਮਾਨ ਜੀ ਹੋਣੀ ਉਹ ਦਿਨ ਘਰ ਦੇ ਵਿੱਚ ਪ੍ਰੋਗਰਾਮ ਕਰਕੇ ਸੱਦ ਕੇ ETO ਸਾਹਿਬ ਨੂੰ ਅਤੇ ਲੋਕਾਂ ਨੂੰ ਸੱਦਿਆ ਜੀ ਆਪਾਂ ਪੰਚਾਇਤ ਦੇ ਸੰਬੰਧੀ ਕੋਈ ਮੀਟਿੰਗ ਕਰਨੀ ਆ, ਅਤੇ ਬਾਅਦ 'ਚ ਲੋਕਾਂ ਦੇ ਗਲਾਂ ਦੇ ਵਿੱਚ ਸਰੋਪੇ ਪਾ ਦਿੱਤੇ, ਅਤੇ ਤੁਹਾਡੇ ਜਿਹੜੇ ਉਹ ਸ਼੍ਰੀਮਾਨ ਜੀ ਜਿਹੜੇ ਟੀਮ ਮੈਂਬਰ ਆ ਉਹਨਾਂ ਨੇ ਜਾ ਕੇ ਆਪਣੇ ਕੋਠੇ ਦੇ ਵਾਪਸੀ ਪਹਿਲਾਂ ਤੁਹਾਡੇ ਘਰ ਦੇ ਵਿੱਚ ਸਰੋਪੇ ਪਵਾ ਬੈਠੇ, ਅਤੇ ਬਾਅਦ 'ਚ ਜਾ ਕੇ ਕੋਠੇ ਦੇ ਉੱਤੇ ਆਪਣੇ ਦੇ ਉੱਤੇ ਜਾ ਕੇ ਫਿਰ ਕਾਂਗਰਸ ਦਾ ਝੰਡਾ ਲਾ ਕੇ ਅਤੇ ਉੱਥੋਂ ਸੈਲਫੀਆਂ ਖਿੱਚ ਖਿੱਚ ਕੇ ਜਿਹੜੇ ਆ ਉਹ ਸਰਦਾਰ ਸੁਖਵਿੰਦਰ ਸਿੰਘ ਡੈਨੀ ਨੂੰ ਜਿਹੜਾ ਉਹ ਭੇਜਦੇ ਪਏ ਸੀ। ਬਾਕੀ ਵੀਡੀਓ ਕਾਫੀ ਲੈਂਥੀ ਹੋ ਗਈ ਆ, 43 ਮਿੰਟ ਜਿਹੜੀ ਉਹ ਚੱਲ ਚੁੱਕੀ ਆ, ਕਾਫੀ ਗੱਲਾਂ ਜਿਹੜੀਆਂ ਉਹ ਕਲੀਅਰ ਹੋ ਚੁੱਕੀਆਂ ਹੋਣਗੀਆਂ ਤੁਹਾਨੂੰ ਸਾਰਿਆਂ ਨੂੰ। ਜਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੇ ਵੱਲੋਂ ਗਲਤ ਅਫਵਾਹਾਂ ਜਿਹੜੀਆਂ ਸਾਡੀ ਟੀਮ ਨੂੰ ਲੈ ਕੇ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਬਿਜਲੀ ਘਰ ਦੇ ਸੰਬੰਧੀ, ਇਹਦੇ ਤੋਂ ਅਲੱਗ ਪੰਚਾਇਤ ਦੇ ਵੱਲੋਂ ਜੋ ਕੰਮ ਕੀਤੇ ਗਏ ਆ ਕੰਮਾਂ ਨੂੰ ਲੈ ਕੇ ਜੇ ਕੰਪੇਅਰ ਕਰਨਾ ਹੋਵੇ, ਚਲੋ ਕੀਤੇ ਆ ਤੁਸੀਂ ਵੀ ਕੀਤੇ ਆ ਜਿੰਨੇ ਕੁ ਯੋਗੇ ਹੈਗੇ ਜੇ, ਪਰ ਸ਼੍ਰੀਮਾਨ ਜੀ ਕੰਮਾਂ ਨੂੰ ਕੰਪੇਅਰ ਕਰੋ, ਕਿਉਂਕਿ ਕੱਲ੍ਹ ਨੂੰ ਮੁੱਲ ਪੈਣਾ ਨਾ ਉਹ ਕੰਮਾਂ ਦਾ ਪੈਣਾ, ਤੁਹਾਡੇ ਜਿਹੜੇ ਚੰਮਾ ਦਾ, ਸਾਡੇ ਲੋਕਾਂ ਦੇ ਚੰਮਾ ਦਾ, ਜਾਂ ਸਾਡੇ ਮੈਂ ਵੀ ਜਿਹੜਾ ਸ਼ਾਹ ਪਰਿਵਾਰ ਦੇ ਵਿੱਚੋਂ ਹੀ ਹਾਂ, ਸਾਡੇ ਸ਼ਾਹ ਹੋਣ ਦਾ ਮੁੱਲ ਨਹੀਂ ਪੈਣਾ, ਸਾਡੇ ਸਰੀਰਾਂ ਦਾ ਮੁੱਲ ਨਹੀਂ ਪੈਣਾ, ਸਾਡੇ ਕੰਮਾਂ ਦਾ ਮੁੱਲ ਪੈਣਾ। ਸੋ ਕੰਮ ਚੰਗੇ ਹੋਣੇ ਚਾਹੀਦੇ ਆ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਜਣੇ ਨੇ ਸਮਾਂ ਕੱਢਿਆ, ਅਤੇ ਇੱਕ ਉਹ ਵਾਲੇ ਜਿਹੜੇ ਅਫਵਾਹਾਂ ਜਿਹੜੀਆਂ ਫੈਲਾਉਂਦੇ ਨੇ ਪਿਛਲੇ ਲੰਮੇ ਸਮੇਂ ਤੋਂ, ਇੱਕ ਇਹ ਅਤੇ ਇੱਕ ਦੋ ਹੋਰ ਦੋ ਚਾਰ ਲੋਕ ਹੀ ਆ
ਉਹਨਾਂ ਅਫਵਾਹਾਂ ਨੂੰ ਤੁਸੀਂ ਯਕੀਨਨ ਸਮਝ ਚੁੱਕੇ ਹੋਵੋਗੇ ਅਤੇ ਇਹ ਪਤਾ ਲੱਗ ਗਿਆ ਹੋਏਗਾ ਕਿ ਪੰਚਾਇਤ ਦੇ ਵੱਲੋਂ ਆਪਣੀਆਂ ਜਿਹੜੀਆਂ ਸਾਰੀਆਂ ਫੋਰਮੈਲਿਟੀਜ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਇਹਦੇ ਤੋਂ ਅਲੱਗ ਨਿਸ਼ਾਨਦੇਹੀ ਦੀ ਗੱਲ ਆ, ਨਿਸ਼ਾਨਦੇਹੀ ਜਿਹੜੀ ਆ ਬਹੁਤ ਛੇਤੀ ਜਿਹੜੀ ਆ ਉਹ ਹੋਣ ਜਾ ਰਹੀ ਆ, ਤਾਂ ਜੋ ਜਿੱਥੇ ਲੋਕੇਸ਼ਨ ਜਿਹੜਾ ਬਿਜਲੀ ਘਰ ਬਣਨਾ ਵਾ ਉਹ ਸੁਚੱਜੇ ਤਰੀਕੇ ਦੇ ਨਾਲ ਉਹ ਬਣ ਸਕੇ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।